ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਾ ਪਾਈ ਬਡਾਈ ਰਾਏ ਪਾਰਸ ਲੋਹ ਤਤਬੀਰ ਛੋਹੇ ਦਈ ਸੋ ਮਰੀ ਸੁਨਾਏ ਦਿੱਲੀ ਬਜੀਰੀ ਉਨ ਲੱਭੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਾਧ ਸੰਗਤ ਜੀ ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁੱਖ ਜੁਰੇ ਦੇ ਮਹਾਂਵਾਕ ਅਨੁਸਾਰ ਸੰਧਿਆ ਦੇ ਦੀਵਾਨਾਂ ਵਿੱਚ ਗੁਰੂ ਘਰ ਦੇ ਮਹਾਨ ਵਿਦਵਾਨਾਂ ਕੋਲੋਂ ਗੁਰੂ ਕੀ ਕਥਾ ਔਰ ਕੀਰਤਨ ਸੁਣਿਆ ਹੈ। ਢਾਡੀ ਸਿੰਘਾਂ ਤੋਂ ਕਲਗੀਧਰ ਪਿਤਾ ਜੀ ਮਹਾਰਾਜ ਦੀ ਮਹਾਨ ਵਡਿਆਈ ਦਾ ਆਨੰਦ ਮਾਣਿਆ, ਜੋ ਗੁਰੂ ਦਰਬਾਰ ਵਿੱਚ ਪਿਛਲੇ ਦਿਨਾਂ ਤੋਂ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਦਾ ਆਰੰਭ ਹੋਇਆ ਹੈ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਅੰਗਰੇਜ਼ਾਂ ਨੂੰ ਦੱਸ ਰਹੇ ਨੇ ਕਿ ਖਾਲਸੇ ਨੇ ਰਾਜ ਗੁਰੂ ਨਾਨਕ ਦੇਵ ਜੀ ਤੋਂ ਪ੍ਰਾਪਤ ਕੀਤਾ ਹੈ। ਸਾਡੇ ਰਾਜ ਭਾਗ ਦੇ ਦਾਤੇ ਸਾਡੇ ਸਤਿਗੁਰੂ ਹਨ, ਸੱਚੇ ਪਾਤਸ਼ਾਹ ਹਨ। ਅੰਗਰੇਜ਼ ਪੁੱਛਦਾ ਹੈ, ਕੈਪਟਨ ਮਰੀ ਪੁੱਛਦਾ ਹੈ, ਗੁਰੂ ਨਾਨਕ ਤਾਂ ਫਕੀਰ ਸੀ, ਉਹਨੇ ਪਾਤਸ਼ਾਹੀ ਕਿਵੇਂ ਦੇ ਦਿੱਤੀ? ਤਾਂ ਭਾਈ ਰਤਨ ਸਿੰਘ ਜੀ ਕਹਿੰਦੇ, ਗੁਰੂ ਨਾਨਕ ਬਾਦਸ਼ਾਹ ਦਾ ਬਾਦਸ਼ਾਹ ਸੀ, ਰਾਜਿਆਂ ਦਾ ਰਾਜਾ ਸੀ, ਉਹਦੇ ਚਰਨਾਂ ਦੇ ਵਿੱਚ ਪਾਤਸ਼ਾਹੀਆਂ ਰੁਲਦੀਆਂ ਹਨ। ਉਹ ਚਾਹੇ ਤੇ ਕੰਗਲੇ ਨੂੰ ਬਾਦਸ਼ਾਹ ਬਣਾ ਦੇਵੇ, ਉਹਦੀ ਨਜ਼ਰ ਪੁੱਠੀ ਹੋ ਜਾਵੇ ਤੇ ਬਾਦਸ਼ਾਹ ਕੰਗਲਾ ਬਣ ਜਾਵੇ। ਐਸੀ ਵੱਡੀ ਵਡਿਆਈ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਭਾਈ ਰਤਨ ਸਿੰਘ ਜੀ ਦੱਸ ਰਹੇ ਨੇ। ਕਹਿੰਦੇ, ਉਹਨਾਂ ਦੀ ਕਿਰਪਾ ਹੋਈ, ਰਾਏ ਬੁਲਾਰ ਨੇ ਆਪਣਾ ਪੁੱਤਰ ਸੇਵਕ ਬਣਾ ਦਿੱਤਾ ਛੋਟੀ ਉਮਰ ਵਿੱਚ ਹੀ। ਉਹ ਜਿਹੜਾ ਰਾਏ ਬੁਲਾਰ ਦਾ ਪੁੱਤਰ ਸੀ, ਵਜ਼ੀਰ ਹਿੰਦ, ਵਜ਼ੀਰ ਆਜ਼ਮ, ਵੱਡਾ ਵਜ਼ੀਰ ਹਿੰਦੁਸਤਾਨ ਦੇ ਬਾਦਸ਼ਾਹ ਦਾ ਬਣਿਆ ਸੀ, ਰਾਏ ਬੁਲਾਰ ਦਾ ਬੇਟਾ। ਸੋ ਇਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੀ, ਉਹ ਗੱਲ ਸੁਣਾਈ ਜਾ ਰਹੀ। ਗੁਰੂ ਨਾਨਕ ਸਾਹਿਬ ਦੇ ਬਾਲਪਣ ਦੀਆਂ ਕੁਝ ਗੱਲਾਂ ਪਾਤਸ਼ਾਹ ਨੇ, ਕਿਉਂਕਿ ਸਾਰਾ ਰਤਨ ਸਿੰਘ ਨੇ ਇਤਿਹਾਸ ਸੁਣਾਉਣਾ ਖਾਲਸੇ ਦਾ, ਉਹਦਾ ਮਕਸਦ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਾਉਣ ਦਾ ਨਹੀਂ ਹੈ। ਗੁਰੂ ਨਾਨਕ ਸਾਹਿਬ ਦੀ ਕਥਾ ਸੁਣਨੀ ਹੋਵੇ ਤਾਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਆਪਾਂ ਬੜੇ ਵਿਸਥਾਰ ਨਾਲ ਸੁਣ ਸਕਦੇ ਹਾਂ। ਭਾਈ ਸਾਹਿਬ ਭਾਈ ਬਾਲੇ ਜੀ ਦੀ ਜਨਮ ਸਾਖੀ, ਉਹਦੇ ਵਿੱਚੋਂ ਪੂਰਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਵੇਖਿਆ ਜਾ ਸਕਦਾ। ਪਰੰਤੂ ਜਿਹੜੀ ਇੱਥੇ ਗੱਲ ਹੈ ਉਹ ਇਹ ਹੈ ਵੀ ਇਸ ਖਾਲਸੇ ਰੂਪੀ ਮਹਿਲ ਦੀ ਨੀਂਹ ਕਿੱਥੇ ਰੱਖੀ ਗਈ, ਇਹਦੀ ਭੂਮਿਕਾ ਕਿਵੇਂ ਹੈ, ਇਹਦੀ ਆਰੰਭਤਾ ਕੀ ਹੈ। ਸੋ ਕਵੀ ਜੀ ਦੱਸ ਰਹੇ ਨੇ, ਪਿਆਰ ਨਾਲ ਸਾਰੀ ਸੰਗਤ ਸਰਵਣ ਕਰੀਏ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਪਾਈ ਬਡਾਈ ਰਾਏ ਪਾਰਸ ਲੋਹ ਤਤਬੀਰ ਛੋਹੇ, ਜਿਵੇਂ ਲੋਹਾ ਪਾਰਸ ਨੂੰ ਛੂਹ ਕੇ ਸੋਨਾ ਬਣ ਜਾਂਦਾ ਹੈ, ਰਾਏ ਬੁਲਾਰ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਕੇ ਸੋਨਾ ਬਣ ਗਿਆ। ਅੱਜ ਉਹਦਾ ਨਾਮ ਅਮਰ ਹੋ ਗਿਆ। ਵੈਸੇ ਤਾਂ ਉਸ ਸਮੇਂ ਵੀ ਬੜੇ ਬੜੇ ਰਾਏ ਹੋਣਗੇ,
ਬੜੇ ਬੜੇ ਰਾਜੇ ਮਹਾਰਾਜੇ ਹੋਰ ਵੀ ਹੋਣਗੇ, ਲੱਖਾਂ ਹੀ ਸਨ, ਪਰ ਕੋਈ ਕਿਸੇ ਦਾ ਨਾਂ ਲੈਂਦਾ? ਜਿੰਨੇ ਸਤਿਕਾਰ ਨਾਲ ਰਾਏ ਬੁਲਾਰ ਜੀ ਦਾ ਨਾਮ ਲਿਆ ਜਾਂਦਾ, ਉਹ ਗੁਰੂ ਨਾਨਕ ਨੂੰ ਛੂਹ ਕੇ ਪਾਰਸ ਦੀ ਤਰ੍ਹਾਂ ਪਾਰਸ ਤੋਂ ਪਾਰਸ ਹੀ ਬਣ ਗਿਆ। ਐਸੀ ਮਹਾਰਾਜ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਦਈ ਸੋ ਮਰੀ ਸੁਨਾਏ ਦਿੱਲੀ ਬਜੀਰੀ ਉਨ ਲੱਭੀ। ਰਾਏ ਬੁਲਾਰ ਦਾ ਬੇਟਾ ਸੀ ਜਿਹੜਾ, ਉਹਨੂੰ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਦੇ ਪੈਰੀਂ ਲਾ ਦਿੱਤਾ। ਆਪਣੇ ਬੱਚੇ ਨੂੰ ਆਖਿਆ, ਪੁੱਤਰ ਇਹ ਨਾਨਕ ਕੋਈ ਆਮ ਬਾਲਕ ਨਹੀਂ ਹੈ, ਇਹ ਰੱਬ ਦਾ ਰੂਪ ਹੈ। ਅਤੇ ਉਸ ਬੱਚੇ 'ਤੇ ਕਿਰਪਾ ਹੋਈ ਕਿ ਉਹ ਵੱਡਾ ਹੋ ਕੇ ਵਜ਼ੀਰ ਆਜ਼ਮ, ਹਿੰਦੁਸਤਾਨ ਦਾ ਬਾਦਸ਼ਾਹ ਦਾ ਵੱਡਾ ਵਜ਼ੀਰ ਬਣਿਆ। ਚਾਉ ਪਈ ਜਬ ਬਾਬਾ ਜੀ ਭਏ ਹੁਸ਼ਿਆਰ। ਜਦੋਂ ਸਤਿਗੁਰੂ ਜੀ ਹੁਸ਼ਿਆਰ ਹੋ ਗਏ, ਭਾਵ ਥੋੜੇ ਵੱਡੇ ਹੋ ਗਏ। ਪੜਨ ਬਹਾਈ ਪਾਂਦੀ ਦੁਆਰ। ਜਨਮ ਸਾਖੀ 'ਚ ਲਿਖਿਆ, ਜਾਂ ਬਾਬਾ ਬਰਸਾਂ ਸੱਤਾਂ ਦਾ ਹੋਇਆ, ਸੱਤਾਂ ਸਾਲਾਂ ਦੇ ਹੋਏ ਤੇ ਪਾਂਧੇ ਕੋਲ ਪੜਨ ਵਾਸਤੇ ਭੇਜੇ ਗਏ। ਜਿਮ ਪਾਂਧਾ ਦਿਓ ਬਾਬੇ ਪੜਵਾਈ। ਪਾਂਧੇ ਨੇ ਗੁਰੂ ਨਾਨਕ ਸਾਹਿਬ ਨੂੰ ਪੜਾਣਾ ਸੀ ਤੇ ਗੁਰੂ ਨਾਨਕ ਸਾਹਿਬ ਪਾਂਧੇ ਨੂੰ ਪੜਾ ਆਏ। ਇਹ ਕਥਾ ਜਨਮ ਸਾਖੀਆਂ ਵਿੱਚ ਹੈ, ਨਾਨਕ ਪ੍ਰਕਾਸ਼ ਵਿੱਚ ਹੈ, ਵੀ ਮਹਾਰਾਜ ਨੂੰ ਪਾਂਧਾ ਕਹਿੰਦਾ, ਪੁੱਤਰ ਮੈਂ ਤੈਨੂੰ ਲੇਖਾ ਪੜਾਵਾਂਗਾ, ਹਿਸਾਬ ਕਿਤਾਬ। ਤੇ ਮਹਾਰਾਜ ਕਹਿੰਦੇ, ਪਾਂਧਾ ਜੀ ਅਸਲੀ ਲੇਖਾ ਪੜਾਓਗੇ ਕਿ ਨਕਲੀ ਪੜਾਓਗੇ? ਉਹ ਕਹਿੰਦੇ, ਪੁੱਤਰ ਅਸਲੀ ਲੇਖਾ ਕਿਹੜਾ ਹੁੰਦਾ? ਤੇ ਮਹਾਰਾਜ ਕਹਿੰਦੇ, ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਆ ਤਿੱਥੇ ਹੋਏ ਸੱਚਾ ਨਿਸ਼ਾਨ। ਸੱਚੇ ਲੇਖੇ ਦੀ ਜਾਂਚ ਦੱਸਤੀ ਪਾਂਧਾ ਗੋਪਾਲ ਚੰਦ। ਜਿਹੜੇ ਪਾਂਧੇ ਨੇ ਜਨਮ ਪੱਤਰੀ ਬਣਾਈ ਉਹ ਹਰਦਿਆਲ ਸੀਗਾ, ਜਿਹੜਾ ਪੜ੍ਹਾਉਣ ਵਾਲਾ ਸੀ ਉਹਦਾ ਨਾਂ ਪਾਂਧਾ ਗੋਪਾਲ ਸੀ। ਪਾਂਧਾ ਗੋਪਾਲ ਵੀ ਮੁਰੀਦ ਬਣ ਗਿਆ, ਸੇਵਕ ਬਣ ਗਿਆ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੌਲਵੀ ਕੋਲ ਤੁਰਕੀ ਅਰਬੀ ਫਾਰਸੀ ਪੜ੍ਹਨ ਪਾਇਆ ਤੇ ਉਹ ਵੀ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਮੁਰੀਦ ਬਣ ਗਏ। ਸੋ ਸਾਖੀ ਦਈ ਮਰੀ ਸੁਣਾਏ। ਉਹ ਸਾਰੀ ਗੱਲ ਭਾਈ ਰਤਨ ਸਿੰਘ ਜੀ ਕਹਿੰਦੇ, ਮੈਂ ਉਸ ਅੰਗਰੇਜ਼ ਨੂੰ ਸੁਣਾ ਦਿੱਤੀ। ਔਰ ਅਚੰਬੇ ਬਹੁਤ ਦਿਖਾਏ। ਗੁਰੂ ਨਾਨਕ ਸਾਹਿਬ ਨੇ ਬੜੇ ਬੜੇ ਅਚੰਬੇ ਔਤਕ ਦਿਖਾਏ ਦੁਨੀਆਂ ਨੂੰ। ਬੜਤ ਗ੍ਰੰਥ ਸਭ ਇਹਾਂ ਲਿਖਾਏ। ਜੇ ਮੈਂ ਸਾਰੀ ਕਥਾ ਲਿਖਣ ਲੱਗ ਜਾਵਾਂ ਗੁਰੂ ਨਾਨਕ ਜੀ ਦੀ ਤੇ ਗ੍ਰੰਥ ਪੰਥ ਪ੍ਰਕਾਸ਼ ਬੜਾ ਵੱਧ ਜਾਏਗਾ, ਵੱਡਾ ਹੋ ਜਾਏਗਾ। ਔਰ ਬਾਬੇ ਜਬ ਭਇਆ ਵਿਆਹੇ। ਫਿਰ ਗੁਰੂ ਨਾਨਕ ਸਾਹਿਬ ਦਾ ਜਦੋਂ ਵਿਆਹ ਹੋਇਆ, ਭਏ ਬੇਟੇ ਦੋ ਉਨ ਧਰਿਓ ਨਾਏ। ਮਹਾਰਾਜ ਦੇ ਦੋ ਪੁੱਤਰ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ, ਧੰਨ ਧੰਨ ਬਾਬਾ ਲਖਮੀ ਚੰਦ ਜੀ ਪੈਦਾ ਹੋਏ। ਕਾਲੂ ਹੱਟ ਕਰਾਈ ਲੋੜੈ। ਬਾਬਾ ਕਾਲੂ ਜੀ ਕੰਮ ਕਰਾਉਣਾ ਚਾਹੁੰਦੇ ਸੀ ਆਪਣੇ ਪੁੱਤਰ ਨਾਨਕ ਨੂੰ, ਕੰਮ ਕਾਰ ਵਿੱਚ ਸੰਸਾਰ ਦੇ ਧੰਦਿਆਂ ਵਿੱਚ ਲਾਉਣਾ ਚਾਹੁੰਦੇ ਸਨ। ਖੱਟ ਕਰ ਖਾਈਐ ਦਰਬ ਬਹੁ ਜੋੜੈ। ਉਹ ਇਹ ਕਹਿੰਦੇ ਸਨ, ਪੁੱਤਰ ਨਾਨਕ ਖੱਟੀ ਕਮਾਈ ਕਰਨੀ ਚਾਹੀਦੀ ਹੈ, ਕੋਈ ਪੈਸਾ ਜੋੜਨਾ ਚਾਹੀਦਾ, ਅੱਗੇ ਆਉਣ ਵਾਲੇ ਸਮੇਂ 'ਚ ਜੋੜਿਆ ਹੋਇਆ ਪੈਸਾ ਗ੍ਰਿਸਤੀਆਂ ਦੇ ਕੰਮ ਆਉਂਦਾ। ਸੋ ਬਾਬਾ ਉਸ ਪੜੈ ਨਾ ਰਾਹੇ। ਪਰ ਗੁਰੂ ਨਾਨਕ ਦੇਵ ਜੀ ਉਹ ਰਾਹ ਨਹੀਂ ਸੀ ਪੈਂਦੇ, ਜੇ 20 ਰੁਪਈਏ ਬਾਪੂ ਨੇ ਦਿੱਤੇ ਸੀ ਤੇ ਉਹ ਵੀ ਸਾਧੂਆਂ ਨੂੰ ਖਵਾ ਕੇ ਆ ਗਏ ਸਨ। ਮਾਤ ਪਿਤਾ ਕਰੇ ਬਾਬੇ ਅਕਾਹੇ। ਮਾਤਾ ਪਿਤਾ ਇਸ ਗੱਲ ਕਰਕੇ ਥੋੜੇ ਨਾਰਾਜ਼ ਵੀ ਰਹਿੰਦੇ ਸਨ, ਖਾਸ ਕਰਕੇ ਪਿਤਾ ਕਾਲੂ ਜੀ ਤਾਂ ਨਾਰਾਜ਼ ਹੀ ਰਹਿੰਦੇ ਸਨ, ਵੀ ਮੇਰਾ ਪੁੱਤਰ ਮੇਰੇ ਕਹਿਣੇ ਵਿੱਚ ਮਾਇਆ ਨਹੀਂ ਕਮਾਉਂਦਾ,
ਇਹ ਕਿਉਂ ਨੀ ਦੁਨੀਆਂਦਾਰਾਂ ਵਾਲੀ ਸੋਚ ਕਿਉਂ ਨੀ ਰੱਖਦਾ? ਬਾਬਾ ਬੇਪਰਵਾਹੀ ਕਰੈ। ਸ੍ਰੀ ਗੁਰੂ ਨਾਨਕ ਸਾਹਿਬ ਤਾਂ ਬੇਪਰਵਾਹ ਸਨ, ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਚੀਜ਼ ਦੀ ਪਰਵਾਹ ਨਹੀਂ ਸੀ। ਫੜ ਰਬਾਬ ਸ਼ਬਦ ਉਚਰੈ। ਮਹਾਰਾਜ ਹਰ ਵੇਲੇ ਰਬਾਬ ਫੜ ਕੇ ਸ਼ਬਦ ਕੀਰਤਨ ਵਿੱਚ ਤਨਮਈ ਲੀਨ ਰਹਿੰਦੇ ਸਨ। ਸਾਥ ਕਰੈ ਮਰਦਾਨੇ ਪਰਚਾਵਾ। ਮਰਦਾਨੇ ਨਾਲ ਹੀ ਪਰਚਾਵਾ ਰੱਖਿਆ ਹੋਇਆ ਸੀ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ ਭਗਤ ਭਰੇ ਭੰਡਾਰਾ। ਮਰਦਾਨਾ ਗੁਰੂ ਨਾਨਕ ਸਾਹਿਬ ਨਾਲ ਪਰਚਿਆ ਰਹਿੰਦਾ ਸੀ, ਉਹ ਰਬਾਬ ਜਾਂਦਾ ਸੀ ਤੇ ਬਾਬਾ ਜੀ ਭਜਨ ਕੀਰਤਨ ਕਰਦੇ ਸਨ। ਲੈਣ ਦੇਣ ਕੁਛ ਰੱਖੈ ਨਾ ਦਾਵਾ। ਲੈਣ ਦੇਣ ਦਾ ਕੋਈ ਦੁਨੀਆਂ ਨਾਲ ਦਾਵਾ ਹੀ ਨਹੀਂ ਸੀ ਰੱਖਦੇ। ਦੋਹਰਾ ਕਹੈ ਦੀਵਾਨਾ ਹੋ ਗਯੋ ਸੁਣ ਆਯੋ ਜੈ ਰਾਮ। ਇਹ ਖਬਰ ਜਦੋਂ ਭਾਈਏ ਜੈ ਰਾਮ ਨੂੰ ਪਹੁੰਚੀ ਤੇ ਕਥਾ ਤਾਂ ਬੜੀ ਲੰਮੀ ਹੈ ਵੀ ਰਾਏ ਬੁਲਾਰ ਨੇ ਜੈ ਰਾਮ ਨੂੰ ਆਪਣੇ ਕੋਲ ਬੁਲਾਇਆ। ਸੂਰਜ ਪ੍ਰਕਾਸ਼ ਵਿੱਚ ਨਾਨਕ ਪ੍ਰਕਾਸ਼ ਇਉਂ ਕਥਾ ਆਉਂਦੀ ਹੈ। ਰਾਏ ਬੁਲਾਰ ਨੇ ਆਖਿਆ, ਪੁੱਤਰ ਜੈ ਰਾਮ, ਜਿਹੜਾ ਸਾਡਾ ਨਾਨਕ ਹੈ ਨਾ, ਇਹ ਰੱਬ ਦਾ ਨੂਰ ਹੈ, ਇਹ ਰੱਬ ਦਾ ਭਗਤ ਹੈ, ਤੇ ਜੈ ਰਾਮ ਜਿਹੜਾ ਤੇਰਾ ਸਹੁਰਾ ਹੈ ਕਾਲੂ ਨਾਨਕ ਦਾ ਪਿਓ, ਇਹ ਉਹਦੀ ਰਮਜ ਨਹੀਂ ਸਮਝਦਾ, ਇਹ ਕਈ ਵਾਰ ਬੇਅਦ ਵੀ ਕਰਦਾ, ਤੇ ਮੈਂ ਚਾਹੁੰਦਾ ਵੀ ਨਾਨਕ ਰੱਬ ਦੀ ਬੰਦਗੀ ਕਰੇ ਤੇ ਇਹਦਾ ਪਿਓ ਦਖਲ ਨਾ ਦੇਵੇ। ਇਹ ਤਾਂ ਹੀ ਹੋ ਸਕਦਾ, ਤੂੰ ਨਾਨਕ ਨੂੰ ਸੁਲਤਾਨਪੁਰ ਲੈ ਜਾ, ਉੱਥੇ ਜਾ ਕੇ ਨਾਨਕ ਜੋ ਮਰਜ਼ੀ ਕਰੇ ਨਾ ਕਰੇ, ਜੇ ਉਹ ਕੰਮ ਕਰੇ ਤਾਂ ਵਾਹ ਵਾਹ, ਨਾ ਕਰੇ ਤਾਂ ਵੀ ਖਰਚਾ ਮੈਂ ਦਿਆਂਗਾ, ਤੂੰ ਚਿੰਤਾ ਨਾ ਕਰੀ, ਨਾਨਕ ਨੂੰ ਉੱਥੇ ਲੈ ਜਾ। ਤੂੰ ਜੈ ਰਾਮ ਜੀ ਜਦੋਂ ਆਏ ਸਨ ਸ੍ਰੀ ਨਨਕਾਣਾ ਸਾਹਿਬ ਤਲਵੰਡੀ ਵਿਖੇ, ਉਤੋ ਬਹਿਨੋ ਸਤਿਗੁਰ ਹੈ ਸੁਲਤਾਨਪੁਰੇ ਜਿਸ ਥਾਮ। ਉਹ ਮਹਾਰਾਜ ਦਾ ਬਹਿਨੋਈ ਸੀ, ਜਾਨੀ ਜੀਜਾ ਲੱਗਦਾ ਸੀ, ਬੇਬੇ ਨਾਨਕੀ ਦਾ ਘਰ ਵਾਲਾ ਸੀ, ਇਸ ਕਰਕੇ ਭਾਈਆ ਜੈ ਰਾਮ ਜੋ ਸੁਲਤਾਨਪੁਰ ਚ ਰਹਿੰਦਾ ਸੀ, ਉਹਦੇ ਨਾਲ ਗੁਰੂ ਬਾਬਾ ਜੀ ਨੂੰ ਤੋਰਨ ਦੀ ਤਰਕੀਬ ਜਿਹੜੀ ਹੈ ਉਹ ਰਾਏ ਬੁਲਾਰ ਨੇ ਬਣਾਈ ਸੀ। ਚਾਉ ਪਈ ਸੁਲਤਾਨਪੁਰ ਹੁਤੋ ਮੁਲਕ ਉਮਰਾਊ। ਸੁਲਤਾਨਪੁਰ ਦੇ ਵਿੱਚ ਉਸ ਵੇਲੇ ਪੰਜਾਬ ਦੀ ਰਾਜਧਾਨੀ ਸੀ, ਨਵਾਬੀ ਸੀ ਇੱਥੇ, ਨਵਾਬ ਦੌਲਤ ਖਾਂ ਇੱਥੋਂ ਦਾ ਪੂਰੇ ਪੰਜਾਬ ਦਾ ਹੁਕਮਰਾਨ ਸੀ। ਦੌਲਤ ਖਾਨ ਨਾਮ ਕਹੈ ਤਾਹੂ, ਜਿਹਦਾ ਨਾਮ ਦੌਲਤ ਖਾਨ ਲੋਧੀ ਕਿਹਾ ਜਾਂਦਾ ਹੈ। ਲੋਧੀ ਪਠਾਣਾ ਦਾ ਹਿੰਦੁਸਤਾਨ ਤੇ ਉਦੋਂ ਰਾਜ ਸੀਗਾ, ਤੇ ਹਿੰਦੁਸਤਾਨ ਦਾ ਬਾਦਸ਼ਾਹ ਇਬਰਾਹਿਮ ਲੋਧੀ ਸਿਕੰਦਰ ਲੋਧੀ ਉਸ ਵੇਲੇ ਦਿੱਲੀ 'ਚ ਰਾਜ ਕਰਦੇ ਸਨ, ਤੇ ਜਿਹੜਾ ਦੌਲਤ ਖਾਨ ਲੋਧੀ ਸੀ ਉਹ ਪੰਜਾਬ ਦਾ ਸੂਬੇਦਾਰ ਸੀ, ਗਵਰਨਰ ਸੀ ਉਸ ਵੇਲੇ। ਤਿਸੈ ਨਵਾਬ ਸੋ ਦਿਓ ਮਿਲਾਏ। ਜਾ ਕੇ ਜੈ ਰਾਮ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦੌਲਤ ਖਾਂ ਦੇ ਕੋਲ ਜਾ ਕੇ ਪੇਸ਼ ਕੀਤਾ, ਮਿਲਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੌਲਤ ਖਾਂ ਦੇ ਨਾਲ। ਮੋਦੀ ਖਾਨੋ ਉਸ ਦਇਓ ਸੋ ਪਾਈ। ਨਵਾਬ ਦੌਲਤ ਖਾਂ ਦਾ ਮੋਦੀ ਖਾਨਾ ਪ੍ਰਸਿੱਧ ਸੀ, ਉਹਦੀ ਸੇਵਾ ਜ਼ਿੰਮੇਵਾਰੀ ਜਗਤ ਗੁਰੂ ਨਾਨਕ ਸਾਹਿਬ ਜੀ ਨੂੰ ਦਿੱਤੀ ਗਈ। ਸਭ ਉਸ ਕੀ ਜੋ ਕਥਾ ਕਥਈਐ। ਉਹ ਬੜੀ ਲੰਮੀ ਕਥਾ, ਲਗਭਗ 20 ਸਾਲ ਗੁਰੂ ਬਾਬਾ ਜੀ ਮੋਦੀ ਖਾਨੇ ਚ ਬੈਠੇ ਨੇ,
ਜੇ ਉਹ ਸਾਰੀ ਕਥਾ ਲਿਖੀਏ ਤਾਂ ਔਰ ਗ੍ਰੰਥ ਕਹੂੰ ਢੂੰਡਤ ਪਈ ਹੈ, ਉਹ ਬੜੀ ਵਿਸਥਾਰ ਵਾਲੀ ਹੈ ਭਾਈ। ਜੇ ਤੁਸੀਂ ਦੇਖਣੀ ਹੋਵੇ ਭਾਈ ਬਾਲੇ ਦੀ ਜਨਮ ਸਾਖੀ ਚੋਂ, ਸ੍ਰੀ ਨਾਨਕ ਪ੍ਰਕਾਸ਼ ਵਿੱਚੋਂ, ਪੁਰਾਣੇ ਗ੍ਰੰਥਾਂ ਚੋਂ ਦੇਖ ਸਕਦੇ ਹੋ। ਜਿਸ ਕੋ ਲੋੜ ਸੁਣਨ ਕੀ ਹੋਏ, ਬਈ ਜਿਹਨੂੰ ਉਹ ਕਥਾ ਸੁਣਨ ਦੀ ਇੱਛਾ ਹੈ, ਗੁਰੂ ਨਾਨਕ ਦੇਵ ਜੀ ਨੇ ਮੋਦੀ ਖਾਨੇ ਚ ਕਿਹੜੇ ਕਿਹੜੇ ਕੌਤਕ ਕੀਤੇ ਹਨ, ਔਰ ਗ੍ਰੰਥਨ ਤੇ ਸੁਣ ਲਏ ਸੋਏ, ਉਹ ਹੋਰ ਗ੍ਰੰਥਾਂ ਚੋਂ ਸੁਣ ਲਓ ਭਾਈ। ਬੀਜ ਮਾਤਰ ਜੋ ਚਹੀਅਤ ਲਿਖਾਈ, ਅਸੀਂ ਹੁਣ ਇੱਥੇ ਪੂਰੀ ਕਥਾ ਵਿਸਥਾਰ ਨਾਲ ਨਹੀਂ ਲਿਖ ਸਕਦੇ, ਬੀਜ ਮਾਤਰ ਥੋੜੀ ਜੀ ਵਰਣਨ ਕਰਦੇ ਸੰਖੇਪ ਵਿੱਚ। ਸੁਣੋ ਮਰੀ ਸੋ ਜਿਮ ਮੈਂ ਕਹੀ, ਹੇ ਕੈਪਟਨ ਮਰੀ ਜੀ, ਜੋ ਮੈਂ ਤੁਹਾਨੂੰ ਦੱਸਦਾ ਹਾਂ ਉਹ ਬੀਜ ਮਾਤਰ ਥੋੜਾ ਜਿਹਾ ਦੱਸਦਾ ਹਾਂ, ਬਾਕੀ ਤੁਸੀਂ ਇਤਿਹਾਸ ਦੇ ਗ੍ਰੰਥ ਪੜ੍ਹ ਲੈਣੇ। ਤਹਿ ਬਾਬੇ ਦਿਲ ਉਦਾਸੀ ਆਈ, ਸੁਲਤਾਨਪੁਰ ਰਹਿੰਦੇ ਰਹਿੰਦੇ ਸੱਚੇ ਪਾਤਸ਼ਾਹ ਜੀ ਮੋਹ ਮਾਇਆ ਤੋਂ ਪੂਰੀ ਤਰ੍ਹਾਂ ਉਪਰਾਮ ਹੋ ਗਏ। ਭਇਓ ਉਦਾਸ ਕਹੂੰ ਸੁਰਤ ਨਾ ਲਾਈ, ਸੰਸਾਰ ਦੇ ਕੰਮਾਂ ਵੱਲੋਂ ਉਪਰਾਮ ਹੋ ਗਏ, ਉਦਾਸੀਨ ਹੋ ਗਏ। ਉਦਾਸ ਦਾ ਇੱਕ ਅਰਥ ਹੁੰਦਾ ਜਿਹੜੇ ਆਪਾਂ ਲੈਂਦੇ ਹਾਂ ਵੀ ਬੰਦਾ ਨਿੰਮੋ ਝੂਣਾ ਜਿਹਾ ਹੋ ਜਾਵੇ ਤੇ ਉਹਨੂੰ ਕਹਿੰਦੇ ਉਦਾਸ ਹੋ ਗਿਆ, ਇਹ ਨਹੀਂ, ਇਹ ਸਾਡਾ ਅਰਥ ਹੈ ਨੀਵੀਂ ਬਿਰਤੀ ਵਾਲਾ। ਅਸਲ ਅਰਥ ਹੈ ਉਦ ਆਸੀਨ, ਉਦ ਮੈਨੇ ਉੱਪਰ, ਆਸੀਨ ਮੈਨੇ ਬੈਠਣਾ, ਸੰਸਾਰ ਤੋਂ ਉੱਪਰ ਬੈਠਣਾ, ਜਿੱਥੇ ਸੰਸਾਰ ਦੇ ਲੋਕਾਂ ਦੀ ਬਿਰਤੀ ਨਹੀਂ ਜਾ ਸਕਦੀ, ਸੋਚ ਨਹੀਂ ਜਾ ਸਕਦੀ, ਉਸ ਤੋਂ ਉੱਪਰ ਚਲਾ ਗਿਆ ਬਾਬਾ ਨਾਨਕ, ਉਦਾਸੀਨ ਹੋ ਗਏ ਸੱਚੇ ਪਾਤਸ਼ਾਹ। ਉਦਾਸੀ ਕੀ ਰੀਤ ਚਲਾਈ, ਹਾਂਜੀ। ਜਾਤ ਨਦੀ ਥੋ ਨਾਵਣ ਨਿਤ, ਮਹਾਰਾਜ ਵਹੀ ਨਦੀ ਤੇ ਰੋਜ਼ ਇਸ਼ਨਾਨ ਕਰਨ ਜਾਂਦੇ ਸਨ। ਸਾਥ ਨਫਰ ਹੈ ਰਾਖੇ ਥਿਤ, ਇੱਕ ਨੌਕਰ ਕੱਪੜੇ ਸਾਂਭਣ ਵਾਸਤੇ ਨਾਲ ਜਾਇਆ ਕਰਦਾ ਸੀ। ਉਹਾਂ ਜਾਏ ਬਾਬੇ ਗੋਤਾ ਲਾਇਓ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵਹੀ ਨਦੀ ਦੇ ਕੰਡੇ ਕੱਪੜੇ ਉਤਾਰ ਕੇ ਆਪਣੇ ਸੇਵਕ ਨੂੰ ਫੜਾ ਦਿੱਤੇ ਤੇ ਆਪ ਨਦੀ ਚ ਚੁੱਭਾ ਲਾਇਆ। ਘੜੀ ਪਹਿਰ ਲਓ ਨਿਕਸ ਨਾ ਆਇਓ, ਮਹਾਰਾਜ ਦਾ ਨੌਕਰ ਬਾਹਰ ਦੇਖਦਾ ਰਿਹਾ ਵੀ ਹੁਣ ਆਉਂਦੇ ਨੇ, ਹੁਣ ਆਉਂਦੇ ਨੇ, ਹੁਣ ਆਉਂਦੇ ਨੇ। ਪਹਿਲਾਂ ਤਾਂ ਅੱਧੀ ਘੜੀ ਵੇਖਿਆ, ਪੰਜ ਸੱਤ ਮਿੰਟ ਪਾਣੀ ਚੋਂ ਬਾਹਰ ਕੋਈ ਨਾ ਨਿਕਲੇ ਤੇ ਬਾਹਰ ਵਾਲਿਆਂ ਨੂੰ ਚਿੰਤਾ ਹੋ ਹੀ ਜਾਂਦੀ ਹੈ, ਕਿਉਂਕਿ ਪਾਣੀ ਚ ਬੰਦਾ ਮਿੰਟ ਰਹਿ ਲੇਗਾ, ਦੋ ਮਿੰਟ ਰਹਿ ਲੇਗਾ, ਪੰਜ ਮਿੰਟ ਬਹੁਤ ਲੰਮਾ ਸਾਹ ਉਹ ਕੱਢੇ ਤਾਂ ਬੜਾ ਔਖਾ ਕੰਮ ਹੈ। ਕਹਿੰਦੇ ਘੜੀ ਹੋ ਗਈ, ਫਿਰ ਅੱਧਾ ਦੋ ਘੜੀ ਹੋ ਗਈ, ਘੰਟਾ ਡੇਢ ਘੰਟਾ, ਪਹਿਰ ਪੂਰਾ ਹੋ ਗਿਆ। ਪਹਿਰੇਦਾਰ ਜਿਹੜਾ ਬਾਹਰ ਖੜਾ ਸੀ ਉਹਨੂੰ ਚਿੰਤਾ ਹੋ ਗਈ। ਦੋਹਰਾ ਉਸੇ ਨਫਰ ਨੇ ਬੇਆਸ ਹੋਏ, ਰੌਲਾ ਦਿਨੋ ਪਾਏ, ਉਸ ਨੌਕਰ ਨੇ ਵੇਖਿਆ ਵੀ ਹੁਣ ਨਾਨਕ ਜੀ ਡੁੱਬ ਗਏ ਨੇ, ਬਾਹਰ ਨਹੀਂ ਨਿਕਲਦੇ, ਉਹਨੇ ਰੌਲਾ ਪਾ ਦਿੱਤਾ। ਡੁੱਬਿਓ ਡੁੱਬਿਓ ਕਹਿ ਉੱਠਿਓ, ਸੁਣ ਦੌਲਤ ਖਾਂ ਗਇਓ ਧਾਈ, ਨਾਨਕ ਜੀ ਡੁੱਬ ਗਏ, ਡੁੱਬ ਗਏ, ਡੁੱਬ ਗਏ ਦਾ ਰੌਲਾ ਪਾ ਕੇ ਉਹ ਨੌਕਰ ਦੌੜਿਆ ਤੇ ਸਾਰੇ ਸ਼ਹਿਰ ਦੇ ਲੋਕ ਉਧਰ ਦੌੜੇ ਵੀ ਕੀ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਨਾਲ ਸਭ ਦਾ ਪਿਆਰ ਸੀ, ਕਿਉਂਕਿ ਹਿੰਦੂ ਵੀ ਆਉਂਦੇ ਸੀ ਮੋਦੀ ਖਾਨੇ ਚ, ਮੁਸਲਮਾਨ ਵੀ ਆਉਂਦੇ ਸੀ। ਬਾਬਾ ਜੀ ਤੇਰਾ 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 ਕਰਕੇ ਸਭ ਦੀਆਂ ਝੋਲੀਆਂ ਭਰੀ ਜਾਂਦੇ ਸੀ ਤੇ ਹਰ ਇਨਸਾਨ ਗਰੀਬ ਅਮੀਰ ਉਹਨਾਂ ਦਾ ਸਤਿਕਾਰ ਕਰਦਾ ਸੀ। ਇਹ ਬੜੇ ਦੁੱਖ ਦੀ ਖਬਰ ਆਈ ਕਿ ਨਾਨਕ ਡੁੱਬ ਗਿਆ, ਸਾਰੇ ਸ਼ਹਿਰ ਦੇ ਲੋਕ ਨਦੀ ਦੇ ਕੰਡੇ ਤੇ ਆਏ। ਰਾਏ ਜੋ ਉੱਥੋਂ ਦਾ ਦੌਲਤ ਖਾਨ ਨਵਾਬ ਸੀਗਾ ਉਹ ਵੀ ਦੇਖਣ ਆਇਆ। ਜਾਉ ਪਈ ਤਹਾਂ ਜਾਏ ਤਿੰਨ ਜਾਲ ਪਵਾਏ, ਦੌਲਤ ਖਾਨ ਲੋਧੀ ਨੇ ਗੁਰੂ ਨਾਨਕ ਸਾਹਿਬ ਦਾ ਸਰੀਰ ਲੱਭਣ ਵਾਸਤੇ ਕਿ ਉਹਨਾਂ ਦਾ ਸਰੀਰ ਹੀ ਲੱਭ ਜਾਵੇ ਨਦੀ ਚੋਂ ਕੱਢ ਲਈਏ, ਵੱਡੇ ਵੱਡੇ ਜਾਲ ਪਾਣੀ ਵਿੱਚ ਪਵਾ ਦਿੱਤੇ। ਹੋਏ ਪਇਓ ਤਾਉ ਉਨ ਹਾਥ ਆਏ, ਪਰ ਸਰੀਰ ਦੇ ਤਾਂ ਹੁੰਦਾ ਜੇ ਉੱਥੇ ਸਰੀਰ ਹੁੰਦਾ,
ਜਿਹੜੀ ਚੀਜ਼ ਪਾਣੀ 'ਚ ਹੈ ਹੀ ਨਹੀਂ ਉਹ ਪਾਣੀ 'ਚੋਂ ਲੱਭਣੀ ਕਿਵੇਂ ਹੈ। ਮਹਾਰਾਜ ਤਾਂ ਸਣੇ ਦੇ ਸੱਚਖੰਡ ਅਕਾਲ ਪੁਰਖ ਦੇ ਦਰਬਾਰ 'ਚ ਜਾ ਪਹੁੰਚੇ ਸਨ। ਲੋਕ ਕਹਿ ਕਹੂੰ ਪਾਰ ਲੰਘ ਗਇਓ, ਲੋਕ ਗੱਲਾਂ ਕਰਨ ਲੱਗ ਪਏ ਵੀ ਜੇ ਪਾਣੀ 'ਚ ਨਾਨਕ ਦਾ ਸਰੀਰ ਨਹੀਂ ਲੱਭਾ ਇਹਦਾ ਮਤਲਬ ਹੈ ਸਰੀਰ ਕਿਤੇ ਦੂਰ ਰੁੜ ਗਿਆ ਹੈ, ਜਾਂ ਕਿਤੇ ਪਰਲੇ ਪਾਸੇ ਨਾਨਕ ਲੰਘ ਕੇ ਪਰਲੇ ਪਾਸੇ ਜਾ ਬੈਠਾ ਹੈ। ਜਾਏ ਪਾਰ ਤਿੰਨ ਖੋਜ ਢੂੰਡਿਓ, ਪਿੰਡ ਵਾਲੇ ਲੋਕਾਂ ਨੇ ਬੇੜੀਆਂ 'ਚ ਬਹਿ ਕੇ ਪਰਲੇ ਪਾਸੇ ਜਾ ਕੇ ਖੇਤਾਂ ਵਿੱਚ ਭਾਲ ਤਲਾਸ਼ ਸ਼ੁਰੂ ਕਰ ਦਿੱਤੀ। ਜਿੰਨੇ ਝਾੜ ਸਨ, ਖੇਤ ਸਨ, ਕਮਾਦ ਸਨ, ਚਰੀਆਂ ਸਨ, ਸਭ ਥਾਂ 'ਤੇ ਲੱਭ ਲੱਭ ਕੇ ਥੱਕ ਗਏ। ਗੁਰੂ ਨਾਨਕ ਪਾਤਸ਼ਾਹ ਖੇਤਾਂ 'ਚ ਬੈਠੇ ਹੁੰਦੇ ਅਤੇ ਲੱਭਦੇ, ਸੱਚੇ ਪਾਤਸ਼ਾਹ ਮਹਾਰਾਜ ਨਾ ਨਦੀ ਚੋਂ ਲੱਭੇ ਨਾ ਖੇਤਾਂ ਵਿੱਚੋਂ ਲੱਭੇ। ਖੋਜ ਪਰਛਾਵੇ ਜੁਗਤ ਨਾ ਪਾਈ, ਗੁਰੂ ਨਾਨਕ ਸਾਹਿਬ ਦਾ ਪਰਛਾਵਾਂ ਵੀ ਕਿਤੋਂ ਨਹੀਂ ਲੱਭਿਆ। ਕਹੇ ਲੋਕ ਰੁੜ ਗਇਓ ਕੇ ਥਾਈ, ਅਖੀਰ ਲੋਕ ਇਹੀ ਕਹਿਣ ਲੱਗੇ ਬੜਾ ਚੰਗਾ ਹੁੰਦਾ ਸੀ ਨਾਨਕ ਵਿਚਾਰਾ ਰੁੜ ਗਿਆ ਹੈ ਪਾਣੀ ਦੇ ਵਿੱਚ। ਜੈ ਰਾਮ ਕੈ ਘਰ ਪਿਟਣੋ ਪਰਾ, ਭਾਈਏ ਜੈ ਰਾਮ ਦੇ ਘਰ ਪਿਟਣਾ ਪੈ ਗਿਆ, ਦੁਨੀਆਂ ਰੋਣ ਲੱਗ ਪਈ, ਸਾਰੇ ਪਾਸੇ ਅਫਸੋਸ ਕਰਨ ਆ ਗਏ। ਨਾਨਕ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਜੀ ਕਥਾ ਲਿਖਦੇ ਨੇ, ਉਹ ਕਹਿੰਦੇ ਸਾਰੀ ਦੁਨੀਆਂ ਰੋ ਰਹੀ ਸੀ, ਇੱਕ ਬੇਬੇ ਨਾਨਕ ਹੀ ਨਹੀਂ ਸੀ ਰੋਂਦੀ। ਜੈ ਰਾਮ ਰੋ ਰਿਹਾ ਸੀ ਅੰਦਰ ਬਹਿ ਕੇ, ਉਹਦੇ ਮਨ 'ਚ ਇਹ ਗੱਲ ਆਉਂਦੀ ਸੀ ਵੀ ਨਾਨਕ ਜੀ ਪਾਣੀ ਵਿੱਚ ਡੁੱਬੇ ਨੇ, ਲੋਕਾਂ ਨੇ ਇਹ ਕਹਿਣਾ ਵੀ ਮੋਦੀ ਖਾਨੇ 'ਤੇ ਸਾਰਾ ਮਾਲ ਲੁਟਾਈ ਜਾਂਦਾ ਸੀ, ਹਿਸਾਬ ਕਿਤਾਬ ਦੇਣ ਦਾ ਮਾਰਾ ਡੁੱਬ ਗਿਆ, ਬੇਇੱਜ਼ਤੀ ਹੋਵੇਗੀ, ਅਪਮਾਨ ਹੋਵੇਗਾ। ਦੁੱਖ ਵੀ ਸੀ ਮਹਾਰਾਜ ਦੇ ਡੁੱਬਣ ਦਾ, ਅਤੇ ਬੇਬੇ ਨਾਨਕੀ ਆਪਣੇ ਪਤੀ ਨੂੰ ਕਹਿੰਦੀ ਸੀ ਸਵਾਮੀ ਜੀ ਤੁਸੀਂ ਕਿਉਂ ਘਬਰਾਉਂਦੇ ਹੋ, ਉਹ ਜਿਹੜਾ ਦੁਨੀਆਂ ਨੂੰ ਤਾਰਨ ਆਇਆ ਕਦੀ ਆਪ ਡੁੱਬ ਸਕਦਾ, ਜੇ ਤਾਰਨ ਵਾਲੇ ਡੁੱਬ ਗਏ ਤੇ ਫਿਰ ਤਰੇਗਾ ਕੌਣ। ਆਖੋ ਸਤਨਾਮ ਸ੍ਰੀ ਵਾਹਿ, ਉਹਦਾ ਤਾਰਨ ਹਾਰ ਜਗਤ ਗੁਰ ਗੋਬਿੰਦ ਹੈ, ਚਰਨ ਕਮਲ ਤਾਕੇ ਕਰੋ ਨਿਵਾਸ, ਉਹਦੇ ਚਰਨਾਂ ਵਿੱਚ ਜੁੜੀਏ ਤੇ ਧਿਆਨ ਲਾਈਏ। ਕਹਿੰਦੇ ਜਦੋਂ ਪਹਿਲੀ ਰਾਤ ਵੀ ਲੰਘੀ, ਦੂਜਾ ਦਿਨ ਵੀ ਲੰਘ ਗਿਆ, ਦੂਸਰੀ ਰਾਤ ਆ ਗਈ, ਮਹਾਰਾਜ ਨੂੰ ਅਲੋਪ ਹੋਇਆ, 36 ਘੰਟੇ ਤੋਂ ਜ਼ਿਆਦਾ ਟਾਈਮ ਹੋ ਗਿਆ, ਅਤੇ ਸਾਰੇ ਪਿੰਡ ਦੇ ਲੋਕ ਇਲਾਕੇ ਦੇ ਲੋਕ ਮੰਨ ਬੈਠੇ ਵੀ ਹੁਣ ਨਾਨਕ ਨਹੀਂ ਲੱਭ ਸਕਦਾ, ਹੁਣ ਨਹੀਂ ਆਉਣਾ ਉਹਨੇ। ਅਤੇ ਬੇਬੇ ਨਾਨਕੀ ਰਾਤ ਨੂੰ ਚੌਂਕੜਾ ਮਾਰ ਕੇ ਬੈਠ ਗਈ ਅਤੇ ਅਰਦਾਸਾਂ ਕਰਨ ਲੱਗੀ ਕਿ ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਿਵਾਜ ਸਤਿਗੁਰੂ ਜੀ, ਇਹ ਕੀ ਲੀਲਾ ਰਚਾ ਰਹੇ ਹੋ, ਤੁਸੀਂ ਤਾਂ ਜਗਤ ਨੂੰ ਤਾਰਨ ਵਾਲੇ ਹੋ, ਇਹ ਦੁਨੀਆਂ ਤੁਹਾਨੂੰ ਡੁੱਬਿਆ ਸਮਝ ਬੈਠੀ ਹੈ, ਕਿਰਪਾ ਕਰੋ ਇਹਨਾਂ ਦੀਆਂ ਅੱਖਾਂ ਤੋਂ ਹੁਣ ਪਰਦਾ ਚੁੱਕ ਦਿਓ, ਕਿਰਪਾ ਕਰੋ ਸਵੇਰੇ ਤਾਂ ਪ੍ਰਗਟ ਹੋ ਕੇ ਦਰਸ਼ਨ ਦੇ ਦਿਓ। ਸਾਧ ਸੰਗਤ ਜੀ ਸਾਰੀ ਰਾਤ ਇਹ ਅਰਦਾਸਾਂ ਕਰਦੀ ਦੀ ਬੇਬੇ ਨਾਨਕੀ ਦੀ ਲੰਘੀ, ਅਤੇ ਅਗਲੇ ਦਿਨ ਸਵੇਰੇ ਹੀ ਸੱਚੇ ਪਾਤਸ਼ਾਹ ਮਹਾਰਾਜ ਵੇਈ ਨਦੀ 'ਚੋਂ ਬਾਹਰ ਆ ਖਲੋਤੇ। ਸੋ ਉਹ ਹਜ਼ੂਰ ਦੀ ਕਥਾ ਨੂੰ ਕੈਪਟਨ ਮਰੀ ਸੁਣ ਰਿਹਾ, ਅੰਗਰੇਜ਼ ਭਾਈ ਰਤਨ ਸਿੰਘ ਜੀ ਸੁਣਾ ਰਹੇ। ਹਾਂਜੀ, ਦੌਲਤ ਖਾਨ ਬਹੁ ਸੰਸਾ ਭਰਾ, ਕਹਿੰਦੇ ਜਦੋਂ ਬਾਬਾ ਜੀ ਦਾ ਸਰੀਰ ਵੀ ਨਾ ਲੱਭਿਆ, ਕੋਈ ਉਗ ਸੁਗ ਨਾ ਮਿਲੀ, ਨਵਾਬ ਦੌਲਤ ਖਾਨ ਬੜੇ ਸੰਸੇ 'ਚ ਪੈ ਗਿਆ।
ਦੋ ਇੱਕ ਦਿਨ ਤਬ ਐਸ ਬਿਤਾਈ, ਇੱਕ ਦੋ ਦਿਨ ਏਦਾਂ ਹੀ ਭੱਜ ਦੌੜ ਚ ਬੀਤ ਗਏ। ਤੀਜੇ ਦਿਨ ਗੁਰ ਨਿਕਸਤ ਭਈ, ਤੀਜੇ ਦਿਨ ਮਹਾਰਾਜ ਸਤਿਗੁਰੂ ਜੀ ਜਿੱਥੇ ਗੁਰਦੁਆਰਾ ਸੰਤ ਘਾਟ ਹੈ ਵੇਈ ਦੇ ਕੰਡੇ ਦੇ ਉਥੋਂ ਪ੍ਰਗਟ ਹੋਏ। ਧੋਤੀ ਕੱਟ ਮੋਢੇ ਵਹਿ ਪਰਨੋ, ਮਹਾਰਾਜ ਨੇ ਉਸ ਵੇਲੇ ਲੱਕ ਨੂੰ ਧੋਤੀ ਲਾਈ ਹੋਈ ਸੀ ਤੇ ਮੋਢੇ ਤੇ ਇੱਕ ਪਰਨਾ ਸੀ ਸਤਿਗੁਰਾਂ ਦੇ। ਬੋਲੇ ਨਾਹ ਜਨ ਖੜਿਓ ਡਰਨੋ, ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨਾਲ ਬੋਲਦੇ ਨੀ, ਬਾਹਰ ਖਲੋਤੇ ਆ ਰੰਗੀ ਰੱਬੀ ਰੰਗ ਦੇ ਵਿੱਚ, ਉਸ ਮਸਤੀ ਦੇ ਵਿੱਚ ਖੜੇ ਆ ਜਿਨ੍ਹਾਂ ਨੇ ਪਹਿਲੀ ਝਾਕ ਦਰਸ਼ਨ ਕੀਤੇ ਹੈਰਾਨ ਹੋ ਗਏ, ਕਹਿਣ ਲੱਗੇ ਨਾਨਕ ਜਿਉਂਦਾ, ਇਹ ਕਿਵੇਂ ਨਿਕਲ ਆਇਆ। ਹਾਂਜੀ ਭਾਈ, ਖਬਰ ਤਬ ਲੋਕ ਚੱਲ ਆਈ, ਜਦੋਂ ਪਿੰਡ ਵਿੱਚ ਖਬਰ ਗਈ ਸੁਲਤਾਨਪੁਰ ਦਾ ਬੱਚਾ ਬੱਚਾ ਦੇਖਣ ਲਈ ਆ ਗਿਆ। ਆਗੇ ਪਾਛੇ ਚਹਿਤ ਬੁਲਾਈ, ਅੱਗੇ ਪਿੱਛੇ ਗੁਰੂ ਨਾਨਕ ਸਾਹਿਬ ਦੇ ਖਲੋ ਗਏ, ਪੁੱਛਦੇ ਨੇ ਕੀ ਹੋਇਆ ਸੀ, ਤੇਰਾ ਕੀ ਹਾਲ ਹੈ, ਤੂੰ ਠੀਕ ਹੈ। ਜਿਹੜੇ ਵੱਡੇ ਸੀ ਬਜ਼ੁਰਗ ਸੀ ਉਹ ਪੁੱਤਰ ਪੁੱਤਰ ਕਰਕੇ ਕਹਿੰਦੇ ਆ, ਜਿਹੜੇ ਮਿੱਤਰ ਸੀ ਉਹ ਵੀਰ ਭਾਈ ਕਹਿ ਕੇ ਬੁਲਾਉਂਦੇ ਆ, ਜਿਹੜੇ ਰਮਜ ਦੇ ਭੇਤੀ ਸੀ ਉਹ ਹੱਥ ਜੋੜ ਕੇ ਸਤਿਕਾਰ ਨਾਲ ਬੁਲਾਉਂਦੇ ਆ, ਪਰ ਮਹਾਰਾਜ ਆਪਣੀ ਮਸਤੀ ਚ ਖੜੇ ਹਨ। ਜੈ ਰਾਮ ਸੁਣ ਕੇ ਤੁਰਤ ਸੋ ਧਾਇਓ, ਜੈ ਰਾਮ ਦੌੜਿਆ ਵੇਖਣ ਵਾਸਤੇ ਕਿ ਨਾਨਕ ਜੀ ਜਿਉਂਦੇ, ਚੱਲ ਕੇ ਦੇਖੀਏ ਤੇ ਸਹੀ। ਨਾਨਕ ਹੀ ਕਹਿੰਦੀ ਸੀ ਡੁੱਬਣ ਵਾਲਾ ਨਹੀਂ, ਮੈਂ ਮੰਨਦਾ ਸੀ ਵੀ ਹੁਣ ਪਾਣੀ ਚੋਂ ਬਾਹਰ ਨਹੀਂ ਆਉਣਾ। ਨਾਨਕੀ ਦਾ ਵਿਸ਼ਵਾਸ ਬੜਾ ਪੱਕਾ ਹੈ, ਨਾਨਕ ਜਿਉਂਦਾ ਵੇਖਣ ਵਾਸਤੇ ਆ ਗਏ। ਦੌਲਤ ਖਾਨ ਅਚੰਭੋ ਆਇਓ, ਤੇ ਦੌਲਤ ਖਾਨ ਨਵਾਬ ਲੋਧੀ ਵੀ ਹੈਰਾਨ ਹੋ ਗਿਆ ਬਈ ਪਾਣੀ ਚ ਗਿਆ ਹੋਇਆ ਬੰਦਾ ਦੋ ਦਿਨ ਬਾਅਦ ਕਿਵੇਂ ਨਿਕਲ ਸਕਦਾ ਹੈ। ਦੋਹਰਾ ਦੌਲਤ ਖਾਂ ਭੀ ਜਾ ਪੁੱਜਿਓ, ਲਿਆਇਓ ਸਾਥ ਲਵਾਈ, ਕਹਿੰਦੇ ਖੁਦ ਨਵਾਬ ਦੌਲਤ ਖਾਂ ਘੋੜੇ ਤੇ ਬਹਿ ਕੇ ਸੰਤ ਘਾਟ ਵਾਲੀ ਥਾਂ ਤੇ ਪਹੁੰਚ ਗਿਆ, ਮਹਾਰਾਜ ਨੂੰ ਨਾਲ ਲੈ ਕੇ ਆ ਗਿਆ। ਬਾਬੇ ਮੋਹ ਕੁਛ ਨਹਿ ਕਰੈ, ਰਹਿਓ ਖਾਨ ਮੋਹੇ ਪਾਈ, ਤੇ ਮਹਾਰਾਜ ਸੱਚੇ ਪਾਤਸ਼ਾਹ ਬੋਲਦੇ ਨਹੀਂ ਤੇ ਦੌਲਤ ਖਾਂ ਬਾਰ ਬਾਰ ਬੁਲਾਉਣ ਦੀ ਕੋਸ਼ਿਸ਼ ਕਰਦਾ, ਪੁੱਛਦਾ ਵੀ ਤੁਸੀਂ ਠੀਕ ਹੋ, ਤੁਹਾਨੂੰ ਕੋਈ ਤਕਲੀਫ ਤਾਂ ਨਹੀਂ, ਤੁਸੀਂ ਕਿੱਥੋਂ ਆਏ ਹੋ, ਏਦਾਂ ਪੁੱਛਦਾ ਨਵਾਬ ਦੌਲਤ ਖਾਨ। ਚਾਓ ਪਈ ਤਬ ਦੌਲਤ ਨੇ ਹਕੀਮ ਬੁਲਾਈ, ਕਹਿੰਦੇ ਦੌਲਤ ਖਾਨ ਨਵਾਬ ਨੂੰ ਏਦਾਂ ਲੱਗਾ ਵੀ ਇਹਨਾਂ ਨੂੰ ਕੋਈ ਤਕਲੀਫ ਹੋ ਗਈ ਆ ਜਿਹੜੇ ਬੋਲਦੇ ਨਹੀਂ, ਕੋਈ ਸਿਆਣੇ ਹਕੀਮਾਂ ਨੂੰ ਬੁਲਾਈਏ ਜਿਹੜੇ ਇਹਦਾ ਇਲਾਜ ਕਰਨ, ਉਹਨਾਂ ਨੂੰ ਪਤਾ ਲੱਗੇਗਾ ਕੀ ਬਿਮਾਰੀ ਆ ਕਿ ਬੋਲਦਾ ਕਿਉਂ ਨੀ ਨਾਨਕ। ਮਤ ਕਤ ਨਾਨਕ ਰੋਗ ਸੰਤਾਈ, ਉਹਨੇ ਵਿਚਾਰੇ ਨੇ ਇਹ ਸੋਚਿਆ ਵੀ ਨਾਨਕ ਨੂੰ ਮਤਾ ਕੋਈ ਬਿਮਾਰੀ ਕੋਈ ਰੋਗ ਸਤਾ ਰਿਹਾ ਹੋਵੇ। ਅੱਗਿਓਂ ਬਾਬੇ ਵੈਦ ਸਮਝਾਇਆ, ਤੇ ਅੱਗੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਵੈਦ ਨੂੰ ਵੀ ਬ੍ਰਹਮ ਗਿਆਨ ਦੀ ਦਾਤ ਦੇ ਦਿੱਤੀ। ਤਾਉ ਫਿਰ ਦੌਲਤ ਮਨ ਪਤੀ ਆਇਆ, ਤੇ ਦੌਲਤ ਖਾਂ ਦਾ ਵੀ ਮਨ ਉਦੋਂ ਭਤੀਜਾ ਜਦੋਂ ਮਹਾਰਾਜ ਨੇ ਆਖਿਆ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ, ਉਹ ਕਹਿੰਦਾ ਤੁਹਾਡੀ ਨਿਗਾਹ ਚ ਮੁਸਲਮਾਨ ਹਿੰਦੂ ਨਹੀਂ, ਮਹਾਰਾਜ ਕਹਿੰਦੇ ਸਾਡੀ ਨਿਗਾਹ ਚ ਇਨਸਾਨ ਹੈ, ਆਖੋ ਸਤਨਾਮ ਸ੍ਰੀ ਵਾਹ। ਕਹਿਣ ਲੱਗਾ ਫਿਰ ਜੇ ਇਨਸਾਨ ਹੈ ਤੇ ਸਾਡੇ ਨਾਲ ਚੱਲ ਕੇ ਨਮਾਜ਼ ਪੜੋਗੇ, ਮਹਾਰਾਜ ਕਹਿੰਦੇ ਜੀ ਸਦਕੇ ਪੜਾਂਗੇ। ਮਸੀਤ ਵਿੱਚ ਚਲੇ ਗਏ ਸਾਰੇ ਨਮਾਜ਼ੀ, ਨਮਾਜ਼ ਅਦਾ ਕਰਨ ਲਈ ਵਜ਼ੂ ਕਰਕੇ ਜਦੋਂ ਕਤਾਰ ਵਿੱਚ ਖੜ ਗਏ ਤੇ ਮੌਲਵੀ ਸਾਹਿਬ ਨੇ ਨਮਾਜ਼ ਅਦਾ ਸ਼ੁਰੂ ਕੀਤੀ, ਉਹ ਸਜਦਾ ਕਰਦੇ ਨੇ, ਬੈਠਦੇ ਨੇ, ਖਲੋਂਦੇ ਨੇ, ਸੱਜੇ ਪਾਸੇ ਮੂੰਹ ਕਰਕੇ ਖੱਬੇ ਪਾਸੇ ਮੂੰਹ ਕਰਕੇ ਕਲਮਾ ਪੜ੍ਹਦੇ ਨੇ, ਬਾਬਾ ਜੀ ਉਦਾਂ ਹੀ ਖੜੇ ਨੇ।
ਨਮਾਜ਼ ਅਦਾ ਹੋਣ ਤੋਂ ਬਾਅਦ ਦੌਲਤ ਖਾਨ ਨੇ ਆਖਿਆ, ਤੁਸੀਂ ਤਾਂ ਕਹਿੰਦੇ ਸੀ ਨਮਾਜ਼ ਪੜ੍ਹਾਂਗੇ, ਪਰ ਸਾਡੇ ਨਾਲ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ? ਮਹਾਰਾਜ ਕਹਿੰਦੇ, ਕਿਹਦੇ ਨਾਲ ਪੜ੍ਹਦੇ? ਆਖੋ ਸਤਨਾਮ ਸ੍ਰੀ। ਕਹਿੰਦੇ ਮੌਲਵੀ ਸਾਹਿਬ ਨਾਲ ਹੀ ਪੜ੍ਹਨੀ ਸੀ ਸਾਰਿਆਂ ਨੇ। ਮਹਾਰਾਜ ਕਹਿੰਦੇ ਮੌਲਵੀ ਸਾਹਿਬ ਦੇ ਘਰ ਘੋੜੀ ਸੂਈ ਹੋਈ ਹੈ, ਖਤਰਾ ਇਹ ਪਿਆ ਵੀ ਵਛੇਰਾ ਪਿੱਛੇ ਕਿਸੇ ਖੱਡੇ 'ਚ ਨਾ ਡਿੱਗ ਪਵੇ, ਵਛੇਰਾ ਨਾ ਡਿੱਗ ਪਵੇ ਖੱਡੇ 'ਚ, ਉਹਦੀ ਲੱਤ ਬਾਂਹ ਨਾ ਟੁੱਟ ਜਾਵੇ। ਇਹਨਾਂ ਦਾ ਤਾਂ ਧਿਆਨ ਵਛੇਰੇ ਵਿੱਚ ਹੈ। ਮੌਲਵੀ ਹੱਕਾ ਬੱਕਾ ਰਹਿ ਗਿਆ ਵੀ ਵਾਕਿਆ ਹੀ ਮੇਰਾ ਧਿਆਨ ਤਾਂ ਘਰ ਗਿਆ ਹੋਇਆ। ਕਹਿਣ ਲੱਗਾ, ਇਹ ਤਾਂ ਸੱਚ ਕਹਿੰਦੇ ਨੇ, ਮੇਰਾ ਧਿਆਨ ਘਰ ਗਿਆ ਹੋਇਆ ਸੀ। ਨਵਾਬ ਕਹਿਣ ਲੱਗਾ, ਫਿਰ ਮੇਰੇ ਨਾਲ ਪੜ੍ਹ ਲੈਣੀ ਸੀ, ਮੈਂ ਵੀ ਤਾਂ ਨਮਾਜ਼ ਪੜ੍ਹ ਰਿਹਾ ਸੀ, ਮੌਲਵੀ ਸਾਹਿਬ ਦਾ ਧਿਆਨ ਗਿਆ, ਮੇਰਾ ਤਾਂ ਨਹੀਂ ਗਿਆ। ਮਹਾਰਾਜ ਕਹਿੰਦੇ, ਤੂੰ ਵੀ ਘੋੜਿਆਂ ਪਿੱਛੇ ਹੀ ਫਿਰਦਾ ਸੀ, ਤੂੰ ਕਾਬਲ ਘੋੜੇ ਖਰੀਦਣ ਗਿਆ ਸੀ ਵੀ ਉੱਥੇ ਘੋੜੇ ਵਧੀਆ ਮਿਲਦੇ, ਉੱਥੋਂ ਦੇ ਘੋੜੇ ਖਰੀਦਣੇ ਹੈ। ਦੌਲਤ ਖਾਂ ਚਰਨਾਂ ਦੇ ਢਹਿ ਪਿਆ, ਕਹਿਣ ਲੱਗਾ, ਤੁਹਾਨੂੰ ਤੁਸੀਂ ਦਿਲਾਂ ਦੀ ਜਾਣਨ ਵਾਲੇ ਹੋ, ਘੱਟ ਘੱਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਦੋਂ ਤੋਂ ਨਵਾਬ ਦੌਲਤ ਖਾਂ ਪਾਤਸ਼ਾਹ ਦਾ ਸੇਵਕ ਬਣ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਦੌਲਤ ਖਾਂ ਲੋਧੀ ਭਲਾ, ਸਿੱਖਾਂ ਦੀ 11ਵੀਂ ਵਾਰ ਭਾਈ ਗੁਰਦਾਸ ਦੀ ਗੁਰੂ ਨਾਨਕ ਦੇ ਸਿੱਖਾਂ ਦੀ ਲਿਸਟ ਬਣਾਈ ਹੈ, ਉਹਦੇ 'ਚ ਲਿਖਿਆ, ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਬਨਾਸੀ, ਭਲਾ ਰਬਾਬ ਵਜਾਏਂਦਾ ਮਜਲਸ ਮਰਦਾਨਾ ਮੀਰਾਸ਼ੀ। ਉਹ ਸਿੱਖਾਂ ਦੇ ਜ਼ਿਕਰ ਜਿੱਥੇ ਕੀਤੇ, ਦੌਲਤ ਖਾਂ ਨੂੰ ਸਿੱਖਾਂ ਵਿੱਚ ਗਿਣਿਆ ਹੈ। ਗੁਰੂ ਨਾਨਕ ਦਾ ਸਿੱਖ ਬਣ ਗਿਆ ਨਵਾਬ ਪੰਜਾਬ ਦਾ, ਸਾਰੇ ਪੰਜਾਬ ਦਾ ਉਹ ਸੂਬੇਦਾਰ, ਜਿਵੇਂ ਅੱਜ ਪੰਜਾਬ ਦਾ ਮੁੱਖ ਮੰਤਰੀ ਹੈ, ਪਹਿਲਾਂ ਉਹ ਸੂਬੇਦਾਰ ਕਹਿੰਦੇ ਸੀਗੇ, ਉਹ ਦੌਲਤ ਖਾਂ ਗੁਰੂ ਨਾਨਕ ਦਾ ਸੇਵਕ ਬਣ ਗਿਆ। ਮੁੱਲਾ ਕਾਜੀ ਬਾਬੇ ਸੋ ਖਹਿ, ਉਹ ਜਿਹੜੇ ਮੁੱਲਾ ਕਾਜੀ ਮੁਤਸਬੀ ਲੋਕ ਸਨ, ਉਹ ਬਾਬੇ ਨਾਲ ਖਹਿ ਬਾਜੀ ਰੱਖਣ ਲੱਗੇ। ਦ੍ਰਿਸ਼ਟ ਬੰਦ ਗਰ ਜਾਦੂ ਕਹਿ, ਉਹ ਕਹਿਣ ਲੱਗੇ, ਇਹ ਜਾਦੂਗਰ ਹੈ, ਨਜ਼ਰ ਬੰਦ ਕਰ ਰਿਹਾ ਸਾਡੀ, ਹੁਣ ਕੀ ਦੌਲਤ ਮੰਨੀ ਨਾ ਬਾਤ। ਪਰ ਦੌਲਤ ਖਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਦੌਲਤ ਖਾਂ ਕਹਿਣ ਲੱਗਾ, ਨਹੀਂ ਇਹ ਜਾਦੂਗਰ ਨਹੀਂ, ਇਹ ਰੱਬ ਦਾ ਬੰਦਾ, ਇਹ ਦਿਲਾਂ ਦੀ ਜਾਣਨ ਵਾਲਾ ਹੈ, ਇਹਦੇ ਵਿੱਚ ਤੇ ਰੱਬ 'ਚ ਕੋਈ ਫਰਕ ਨਹੀਂ, ਅਸੀਂ ਇਹ ਤੁਹਾਡੀਆਂ ਗੱਲਾਂ ਮੰਨ ਕੇ ਇਹਦੇ ਨਾਲ ਵਿਤਕਰਾ ਨਹੀਂ ਕਰ ਸਕਦੇ। ਉਸ ਬਾਬੇ ਪਰ ਭਇਓ ਇਤਕਾਤ, ਨਵਾਬ ਦੌਲਤ ਖਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਪੂਰਨ ਵਿਸ਼ਵਾਸ ਆ ਗਿਆ, ਭਰੋਸਾ ਆ ਗਿਆ। ਯਹ ਹੈ ਪੂਰਨ ਪੁਰਸ਼ ਅਵਤਾਰੀ, ਬਾਬਾ ਜੀ ਦੇ ਬਾਰੇ ਦੌਲਤ ਖਾਂ ਇਹ ਕਹਿਣ ਲੱਗਾ ਕਿ ਪੂਰਨ ਪੁਰਸ਼ ਹੈ, ਅਵਤਾਰੀ ਪੁਰਸ਼ ਹੈ, ਔਲੀਆ ਹੈ, ਕੋਈ ਪੈਗੰਬਰ ਹੈ, ਖੁਦਾ ਦਾ ਬੰਦਾ ਹੈ। ਭਇਓ ਮੁਰੀਦ ਵਹ ਸਨ ਪਰਵਾਰੀ, ਸਣੇ ਪਰਿਵਾਰ ਦੇ ਨਵਾਬ ਦੌਲਤ ਖਾਂ ਸੁਲਤਾਨਪੁਰ ਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦਾ ਮੁਰੀਦ ਬਣਿਆ। ਹਿੰਦੂ ਤੁਰਕ ਬਾਬੇ ਕੋ ਸਮਸਰ, ਕਿਉਂਕਿ ਬਾਬਾ ਜੀ ਵਾਸਤੇ ਹਿੰਦੂ ਤੇ ਮੁਸਲਮਾਨ ਬਰਾਬਰ ਸਨ, ਸਾਰੀ ਦੁਨੀਆਂ ਆਪਣੀ ਸੀ, ਕੋਈ ਬਗਾਨਾ ਨਹੀਂ ਸੀ। ਹੋਹੇ ਮੁਰੀਦ ਆਏ ਸੋ ਇਮ ਕਰ, ਜਿਹੜਾ ਗੁਰੂ ਸਾਹਿਬ ਦੇ ਕੋਲ ਆਉਂਦਾ ਸੀ ਗੁਰੂ ਦਾ ਬਣ ਜਾਂਦਾ ਸੀ, ਤੇ ਬਾਬਾ ਜੀ ਗੱਲ ਨਾ ਲਾਉਂਦੇ ਸਨ। ਦੋਵਨ ਕੋ ਗੁਰ ਸੱਚ ਦਿਰਡਾਵੈ, ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਸੱਚਾ ਉਪਦੇਸ਼ ਦਿੰਦੇ ਸੀ। ਇਹ ਨਹੀਂ ਸੀ ਕਹਿੰਦੇ ਵੀ ਤੂੰ ਹਿੰਦੂ ਧਰਮ ਛੱਡ ਦੇ ਮੇਰਾ ਸਿੱਖ ਬਣ ਜਾ, ਇਹ ਵੀ ਨਹੀਂ ਸੀ ਕਹਿੰਦੇ ਤੂੰ ਮੁਸਲਮਾਨ ਦੀ ਮਰਿਆਦਾ ਛੱਡ ਦੇ ਮੇਰਾ ਸਿੱਖ, ਇਹ ਨਹੀਂ ਸੀ ਕਹਿੰਦੇ ਬਾਬਾ ਜੀ, ਬਲਕਿ ਕਹਿੰਦੇ ਜੇ ਤੂੰ ਹਿੰਦੂ ਹੈ ਤੇ ਨੇਕ ਹਿੰਦੂ ਬਣ ਜਾ, ਹਿੰਦੂ ਦੇ ਵਿੱਚ ਵੀ ਸ਼ੁਭ ਗੁਣ ਦੱਸੇ ਨੇ ਤੇ ਜਿਹੜੇ ਮੁਸਲਮਾਨਾਂ ਦੇ ਵਿੱਚ ਗੁਣ ਨੇ ਉਹ ਵੀ ਸ਼ੁਭ ਗੁਣ ਦੱਸੇ ਨੇ, ਤੂੰ ਨੇਕ ਇਨਸਾਨ ਬਣ, ਭਾਵੇਂ ਤੂੰ ਹਿੰਦੂ ਹੈ ਭਾਵੇਂ ਤੂੰ ਮੁਸਲਮਾਨ ਹੈ,
ਇਦਾਂ ਦੀ ਗੱਲ ਬਾਬਾ ਜੀ ਦੱਸਿਆ ਕਰਦੇ ਸਨ। ਜ਼ੁਲਮ ਕਰਨ ਤੈ ਦੂਣ ਹਟਾਵੈ, ਜ਼ੁਲਮ ਕਰਨ ਤੋਂ ਹਟਾਉਂਦੇ ਸੀ ਭਾਈ, ਕਿਸੇ ਦਾ ਬੁਰਾ ਨਾ ਕਰੋ, ਕਿਸੇ ਗਰੀਬ ਨਾਲ ਧੱਕਾ ਨਾ ਕਰੋ, ਝੂਠ ਫਰੇਬ ਛਲ ਕਪਟ ਬੇਈਮਾਨੀ ਧੋਖਾ ਧੜੀ ਦਾ ਆਸਰਾ ਨਾ ਲਓ, ਨੇਕੀ ਦਾ ਜੀਵਨ ਬਸਰ ਕਰੋ। ਇਹ ਬਾਬਾ ਨਾਨਕ ਦੀ ਸਿੱਖਿਆ ਸੀ। ਜਿਮ ਜਿਮ ਬਰਕਤ ਭਈ ਮਸਹੂਰੋ, ਬਾਬੇ ਨਾਨਕ ਦੀਆਂ ਬਰਕਤਾਂ ਦੀਆਂ ਧੁੰਮਾਂ ਪੈਣ ਲੱਗੀਆਂ, ਆਏ ਲੋਕ ਬਹੁ ਸੁਣ ਸੁਣ ਦੂਰੋ, ਦੂਰੋਂ ਦੂਰੋਂ ਲੋਕ ਚੱਲ ਕੇ ਗੁਰੂ ਪਾਤਸ਼ਾਹ ਕੋਲ ਆਉਣ ਲੱਗੇ। ਦੋਹਰਾ ਦੌਲਤ ਕੈ ਦੋਏ ਇਸਤਰੀ, ਹੋਤੀ ਸੁਤਨ ਬਗੈਰ। ਨਵਾਬ ਦੌਲਤ ਖਾਂ ਦੀ ਉਮਰ ਵਡੇਰੀ ਹੋ ਰਹੀ ਸੀ, 50-55 ਸਾਲ ਦੀ ਉਮਰ ਹੋ ਗਈ ਸੀ। ਦੋ ਬੇਗਮਾਂ ਸਨ, ਪਰ ਦੋਵਾਂ ਦੇ ਹੀ ਬੱਚਾ ਕੋਈ ਨਹੀਂ ਸੀ। ਕਿੰਨੀ ਸੇਵਾ ਉਨ ਹੱਛੇ, ਦੋਏ ਦੋਏ ਜਨਮੇ ਛੇਰ। ਮਹਾਰਾਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਮੜੀਆਂ ਚ ਬੈਠੇ ਹੋਏ ਸਨ। ਗੁਰੂ ਸਾਹਿਬ ਦਾ ਜਿਹੜਾ ਨਦੀ ਤੋਂ ਨਿਕਲ ਕੇ ਪਾਤਸ਼ਾਹ ਘਰ ਨਹੀਂ ਗਏ, ਉਹੀ ਇੱਕ ਲੰਗੋਟਾ ਹੀ ਇੱਕ ਪਰਨਾ ਹੀ ਸੀਗਾ ਲੱਕ ਨੂੰ ਬੰਨਿਆ, ਬਾਕੀ ਸਰੀਰ ਵੀ ਨਗਨ ਸੀਗਾ। ਤੇ ਹਜ਼ੂਰ ਕਿੱਥੇ ਬੈਠੇ ਸਨ? ਜਿੱਥੇ ਸ਼ਮਸ਼ਾਨ ਭੂਮੀ ਹੁੰਦੀ ਹੈ ਉੱਥੇ ਡੇਰਾ ਲਾਇਆ ਸੀ। ਤੇ ਜਿਹੜਾ ਮੋਦੀ ਖਾਨਾ ਸੀ ਸਾਰਾ ਲੁਟਾ ਦਿੱਤਾ ਸੀਗਾ, ਤੇ ਫਿਰ ਵੀ ਉਹਦਾ ਹਿਸਾਬ ਹੋਇਆ ਤੇ ਵਾਧਾ ਬਾਬੇ ਨਾਨਕ ਦਾ ਨਿਕਲਿਆ ਸੀ। ਬੜੀ ਲੰਮੀ ਕਥਾ। ਨਵਾਬ ਦੀ ਬੇਗਮਾਂ ਕਹਿਣ ਲੱਗੀਆਂ, ਨਵਾਬ ਸਾਹਿਬ ਜਿਹੜਾ ਤੁਹਾਡਾ ਮੋਦੀ ਉਹ ਰੱਬੀ ਰੰਗ 'ਚ ਰੰਗਿਆ ਹੋਇਆ, ਕਹਿੰਦੇ ਉਹਦੇ 'ਚ ਬੜੀਆਂ ਬਰਕਤਾਂ ਨੇ, ਤੁਹਾਡੇ ਦਿਲ ਦੀ ਗੱਲ ਬੁੱਝੀ ਹੈ, ਤੁਸੀਂ ਉਹਨਾਂ 'ਤੇ ਇਤਕਾਦ ਰੱਖਦੇ ਹੋ, ਅਤੇ ਜੇ ਆ ਗਿਆ ਹੋਵੇ ਤਾਂ ਅਸੀਂ ਜਾ ਕੇ ਪੁੱਤਰਾਂ ਦੀ ਖੈਰ ਮੰਗੀਏ। ਮਹਾਰਾਜ ਸ਼ਮਸ਼ਾਨ ਭੂਮੀ 'ਚ ਮਲੇ ਬੇਰਾਂ ਦੇ ਲਾਗੇ ਬੈਠੇ ਸਨ। ਨਵਾਬ ਦੀਆਂ ਦੋਵੇਂ ਬੇਗਮਾਂ ਆ ਕੇ ਚਰਨਾਂ 'ਤੇ ਢਹਿ ਪਈਆਂ, ਵੀਰ ਸਾਈਂ ਰਹਿਮਤ ਕਰ, ਬਖਸ਼ਿਸ਼ ਕਰ, ਕਿਰਪਾ ਕਰ, ਸਾਡੀ ਝੋਲੀ ਭਰ ਦੇ। ਦੋ ਬੇਰ ਇੱਧਰੋਂ ਤੋੜੇ, ਦੋ ਇੱਧਰੋਂ, ਦੋਵਾਂ ਦੀ ਝੋਲੀ 'ਚ ਪਾ ਤੇ ਕਹਿੰਦੇ ਜਾਓ, ਦੋ ਦੋ ਪੁੱਤਰ ਤੁਹਾਡੇ ਘਰ ਹੋਣਗੇ। ਦੁਆਬ ਦੌਲਤ ਖਾਂ ਦੀ ਵਡੇਰੀ ਉਮਰ 'ਚ 4 ਪੁੱਤਰ ਹੋਏ ਨੇ, ਜਿਨ੍ਹਾਂ ਦੇ ਨਾਮ ਵੀ ਗੁਰੂ ਨਾਨਕ ਸਾਹਿਬ ਪਹਿਲਾਂ ਹੀ ਰੱਖ ਦਿੱਤੇ। ਚਾਉ ਪਈ ਗਾਜੀ ਖਾਂ ਗਜ ਮਸਤ ਸੋ ਖਾਨ, ਇੱਕ ਦਾ ਨਾਮ ਰੱਖਿਆ ਗਾਜੀ ਖਾਨ, ਦੂਜੇ ਦਾ ਨਾਮ ਰੱਖਿਆ ਗਜ ਮਸਤ ਖਾਨ। ਹਾਂਜੀ, ਮੀਰ ਖਾਨ ਔ ਜੋਲ ਖਾਂ ਮਾਨ, ਤੀਜੇ ਦਾ ਨਾਮ ਮੀਰ ਖਾਨ ਤੇ ਚੌਥੇ ਦਾ ਨਾਮ ਜੌਲ ਖਾਨ। ਗਾਜੀ ਖਾਨ, ਗਜ ਮਸਤ ਖਾਨ, ਮੀਰ ਖਾਨ, ਜੌਲ ਖਾਨ, 4 ਪੁੱਤਰ ਇਹ ਸੁਲਤਾਨ ਦੌਲਤ ਖਾਂ ਨਵਾਬ ਦੇ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਨਾਲ ਹੋਏ। ਹੁਣ ਨਾਰਨ ਬੜ ਚਰਚਾ ਤੋਰੀ, ਉਹਨਾਂ ਨਾਰਾਂ ਨੇ ਦੋਵਾਂ ਬੇਗਮਾਂ ਨੇ ਜਦੋਂ ਇਹ ਪਾਤਸ਼ਾਹ ਦੀ ਕਿਰਪਾ ਹੋਈ ਤੇ ਗੁਰੂ ਨਾਨਕ ਸਾਹਿਬ ਦੀ ਗੱਲ ਸਾਰੇ ਪਰਿਵਾਰ 'ਚ ਕੀਤੀ ਵੀ ਉਹ ਬੜੇ ਰਹਿਮਤਾਂ ਦੇ ਭੰਡਾਰ ਨੇ। ਕਹੇ ਬਾਬੇ ਦਈ ਹਮ ਜੋਰੀ, ਬਾਬੇ ਨਾਨਕ ਨੇ ਸਾਨੂੰ ਜੋੜੀ ਜੋੜੀ ਪੁੱਤਰਾਂ ਦੀ ਦਿੱਤੀ ਹੈ। ਦੋਹਰਾ ਬਾਬਾ ਕਹਿ ਜੀ ਇਮ ਹੁਤੀ, ਕਿਸ਼ਕ ਰਹੀ ਹੈ ਗੁਪਤ ਸੰਸਾਰ। ਜਦੋਂ ਬੇਗਮਾਂ ਨੇ ਰੌਲਾ ਪਾਤਾ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਸਾਡੇ ਘਰ ਪੁੱਤਰ ਹੋਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਹੁੰਦੇ ਸੀ ਵੀ ਗੁਪਤ ਰਹੀਏ, ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ, ਹੁਣ ਜੀ ਖੁਦਾਏ ਦੇ ਭੇਤ ਨਾ ਕਿਸੇ ਦੇਣ, ਇਹ ਆਪਣੀਆਂ ਵਡਿਆਈਆਂ ਕਰਾਣੀਆਂ, ਆਪਣਾ ਨਾਂ ਰੋਸ਼ਨ ਕਰਾਉਣਾ, ਇਹ ਹੌਲੇ ਬੰਦਿਆਂ ਦੀ ਖੇਡ ਹੈ, ਰੱਬ ਦੇ ਬੰਦਿਆਂ ਦੀ ਨਹੀਂ ਹੈ। ਭਾਈ ਸਾਹਿਬ ਵੀਰ ਸਿੰਘ ਜੀ ਕਹਿੰਦੇ, ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਤੁਰ ਜਾਣ ਦੀ ਹਾ ਪੂਰੀ ਹੁੰਦੀ ਨਾ, ਮੈਂ ਤਰਲੇ ਲੈ ਰਿਹਾ। ਐਸੀ ਅਵਸਥਾ ਸੀ ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਸੋਚਿਆ, ਇੱਥੇ ਤਾਂ ਹੁਣ ਵਡਿਆਈਆਂ ਹੋਣ ਲੱਗ ਪਈਆਂ,
ਚਲੀਏ ਤਾਂ ਪਾਤਸ਼ਾਹ ਜਗਤ ਨੂੰ ਤਾਰਨ ਲਈ ਉਦਾਸੀਆਂ ਆਰੰਭ ਕੀਤੀਆਂ। ਸੋ ਤਾਉ ਪ੍ਰਗਟ ਜਗ ਭਇਓ, ਜਗ ਉੱਠ ਪਰ ਗਇਓ ਖਿਆਰ। ਉਹ ਗੱਲ ਜਿੰਨੀ ਪਾਤਸ਼ਾਹ ਛੁਪਾਉਣੀ ਚਾਹੁੰਦੇ ਸੀ ਓਨੀ ਪ੍ਰਗਟ ਹੋ ਗਈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਂ ਰਤਨ ਲੁਕਾਇਆ, ਲੁਕੈ ਨਾਹੀਂ ਜੇ ਕੋ ਰੱਖੈ ਲੁਕਾਈ। ਉਹ ਲੁਕਦਾ ਹੀ ਨਹੀਂ, ਐਸਾ ਗੁਰੂ ਸੱਚੇ ਪਾਤਸ਼ਾਹ ਦਾ ਪ੍ਰਤਾਪ ਕੇ ਸਾਰੇ ਪਾਸੇ ਪ੍ਰਗਟ ਹੋ ਗਿਆ। ਚਾਉ ਪਈ ਭਾਣ ਚੜਿਓ ਕਿਮ ਛਾਨਿਓ ਰਹੈ, ਸੂਰਜ ਚੜਿਆ ਕਦੀ ਛੁਪਦਾ ਨਹੀਂ ਹੈ। ਲੱਖ ਬਾਦਲ ਜਾਉ ਢਾਪਿਓ ਚਾਹੈ, ਲੱਖਾਂ ਬੱਦਲ ਜੇ ਆ ਜਾਣ ਵੀ ਸੂਰਜ ਨੂੰ ਲੁਕਾ ਲਈਏ, ਲੱਖਾਂ ਬੱਦਲ ਜ਼ੋਰ ਲਾ ਲੈਣ ਸੂਰਜ ਫੇਰ ਵੀ ਚਮਕਾ ਮਾਰਦਾ ਹੈ। ਜਿਮ ਜਿਮ ਬਾਬੇ ਕੀ ਚਰਚਾ ਭਈ, ਜਿਉ ਜਿਉ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਪਸਰ ਗਈ, ਥੋੜਾ ਹੀ ਮੈਂ ਬਹੁ ਫੈਲ ਗਈ। ਥੋੜੇ ਦਿਨਾਂ ਚ ਸਾਰੇ ਪਾਸੇ ਪੰਜਾਬ ਵਿਚ ਪੰਜਾਬੀ ਗੁਰ ਦੀ ਵਡਿਆਈ, ਭਾਈ ਗੁਰਦਾਸ ਦੇ ਬਚਨ ਨੇ, ਪੰਜਾਬ ਗੁਰ ਦੀ ਵਡਿਆਈ, ਗੁਰੂ ਨਾਨਕ ਦੀ ਵਡਿਆਈ ਪੰਜਾਬ ਦੇ ਘਰ ਘਰ ਪਹੁੰਚ ਗਈ। ਜਿਸ ਨਰ ਕੋ ਹੋਏ ਸੀਤ ਦਬਾਇਓ, ਜਿਸ ਨੂੰ ਵੀ ਕਿਸੇ ਨੇ ਜਿਸ ਨਰ ਕੋ ਹੋਏ ਸੀਤ ਦਬਾਇਓ, ਠੰਡ ਨੇ ਦਬਾਇਆ ਹੋਵੇ, ਕਿਮ ਨਾ ਚੌਗ ਵੱਲ ਅਗਨ ਸਿਧਾਇਓ। ਜਿਹਨੂੰ ਠੰਡ ਲੱਗਦੀ ਉਹ ਅੱਗ ਵੱਲ ਕਿਉਂ ਨੀ ਜਾਏਗਾ? ਠੰਡ ਤੋਂ ਠਰਦਾ ਬੰਦਾ ਚਾਹੇਗਾ ਵੀ ਹੀਟਰ ਦੇ ਕੋਲ ਜਾਵਾਂ, ਸੇਕ ਲਵਾਂ, ਨਿੱਘ ਲਵਾਂ। ਦੁਨੀਆ ਦੁਖਤ ਹੁਤੀ ਥੀ ਘਣੀ, ਕਿਉਂਕਿ ਦੁਨੀਆ ਦਾ ਦੁਖੀ ਹੈ ਤੇ ਜਿੱਥੋਂ ਸੁਖ ਮਿਲੇਗਾ ਦੁਨੀਆ ਉਧਰ ਹੀ ਜਾਏਗੀ। ਦਰਸ਼ਨ ਪਾਏ ਭਈ ਸੁਖ ਮਨੀ, ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨਾਲ ਹੀ ਠੰਡ ਪੈ ਜਾਂਦੀ ਸੀ, ਬੋਲਣ ਦੀ ਲੋੜ ਨੀ ਸੀ ਪੈਂਦੀ, ਜਿਹੜਾ ਆ ਕੇ ਵੇਖ ਲੈਂਦਾ ਸੀ। ਦਰਸ਼ਨ ਦੇਖਤ ਦੋਖ ਨਸੇ, ਸਾਰੇ ਦੁੱਖ ਦੁੱਖ ਦਲਿੱਦਰ ਨਸ ਜਾਂਦੇ ਸਨ। ਸਿੱਧ ਸਾਧ ਜੋ ਹਿੰਦੂ ਤੁਰਕੋ, ਮੁਸਲਮਾਨ ਹਿੰਦੂ ਜਿੰਨੇ ਵੀ ਸਾਧੂ ਸੰਤ ਮਹਾਪੁਰਸ਼ ਪੀਰ ਫਕੀਰ ਸਨ, ਹੁਤੋ ਜਿਨਹੋ ਮੈਂ ਕਿਛ ਥੋ ਜੁਰਕੋ, ਜਿਨ੍ਹਾਂ ਵਿਚ ਕੋਈ ਸ਼ਕਤੀ ਸੀ ਕੋਈ ਪਾਵਰ ਸੀ। ਸੁਣ ਸੁਣ ਅਚਰਜ ਸਭ ਚੱਲ ਆਏ, ਉਹ ਬਾਬੇ ਦੀ ਵਡਿਆਈ ਸੁਣ ਕੇ ਦਰਸ਼ਨਾਂ ਨੂੰ ਆਣ ਲੱਗੇ। ਦੇਖ ਭਾਲ ਸਭ ਹਾਰ ਸਿਧਾਏ, ਬਾਬੇ ਨਾਨਕ ਦੇ ਨਾਲ ਕਈ ਚਰਚਾ ਕਰਨ ਆਏ। ਲੰਮੀ ਕਥਾ ਹੈ ਤਾਂ ਹੁਣ, ਪਰ ਭਾਈ ਸਾਹਿਬ ਇੱਕ ਦੋ ਪੰਕਤੀਆਂ ਜੀ ਹੁਣ ਅੰਗਰੇਜ਼ ਨੂੰ ਦੱਸ ਰਹੇ ਨੇ ਵੀ ਸਿੱਧ ਜੋਗੀ ਨਾਥ ਪੀਰ ਗੁਰੂ ਨਾਨਕ ਸਾਹਿਬ ਨਾਲ ਚਰਚਾ ਕਰਨ ਵੀ ਆਏ ਪਰ ਹਾਰ ਕੇ ਚਲੇ ਗਏ। ਕਿਹੜਾ ਚੱਲੇ, ਗੁਰੂ ਦੀ ਝਾਲਾ, ਗੁਰੂ ਨਾਨਕ ਦੀ ਝਾਲ ਨੀ ਝੱਲੀਗੀ ਕਿਸੇ ਕੋਲੋਂ। ਦੋਹਰਾ ਅਜਮਤੀਆਂ ਅਜਮਤ ਦੇਵੈ, ਗਿਆਨੀਆਂ ਗਿਆਨ ਸੁਣਾਏ। ਧੰਨ ਗੁਰੂ ਨਾਨਕ ਸਾਹਿਬ, ਕਰਾਮਾਤੀਆਂ ਨੂੰ ਕਰਾਮਾਤਾਂ ਦਿੰਦੇ ਨੇ, ਉਹ ਗਿਆਨੀਆਂ ਨੂੰ ਬ੍ਰਹਮ ਗਿਆਨ ਦਿੰਦੇ ਨੇ। ਜੈਸੀ ਮਨਸਾ ਕਰ ਆਵੈ ਤੈਸੋ ਦੈ ਸਮਝਾਏ, ਇਹੋ ਜੀ ਮਨਸਾ ਕਰਕੇ ਗੁਰੂ ਨਾਨਕ ਦੇ ਬੂਹੇ ਤੇ ਕੋਈ ਆਉਂਦਾ, ਉਹੋ ਜੀ ਮਨਸਾ ਪੂਰੀ ਕਰਕੇ ਉਹਨੂੰ ਗਿਆਨ ਦੇ ਕੇ ਸਮਝਾ ਕੇ ਤੋਰਦੇ ਨੇ। ਚਾਓ ਪਈ ਬਾਬੇ ਕਉ ਉਦਾਸੀ ਆਈ, ਹੁਣ ਬਾਬਾ ਜੀ ਨੂੰ ਉਦਾਸੀ ਆਈ। ਉਦਾਸੀ ਦਾ ਮਤਲਬ ਹੈ ਵੀ ਸੰਸਾਰ ਨੂੰ ਤਾਰਨ ਵਾਸਤੇ, ਸੰਸਾਰ ਦਾ ਰਟਨ ਕਰਨ ਵਾਸਤੇ ਮਹਾਰਾਜ ਨੂੰ ਹੁਕਮ ਅਕਾਲ ਪੁਰਖ ਦਾ ਆ ਗਿਆ। ਬਾਬਾ ਸੁਰਤ ਪਰਦੇਸਾਂ ਲਾਈ, ਮਹਾਰਾਜ ਨੇ ਆਪਣੀ ਸੁਰਤ ਦੇਸਾਂ ਪਰਦੇਸਾਂ ਵਿੱਚ ਜਾ ਕੇ ਜਿੱਥੇ ਜਿੱਥੇ ਪਿਆਰੇ ਬੈਠੇ ਸਨ, ਬੰਦਗੀ ਕਰ ਰਹੇ ਸਨ, ਉਹਨਾਂ ਨੂੰ ਦਰਸ਼ਨ ਦੇਣ ਦਾ ਪ੍ਰੋਗਰਾਮ ਉਲੀਕਿਆ। ਲੈ ਮਰਦਾਨੋ ਸਾਥ ਰਲਾਏ, ਭਾਈ ਮਰਦਾਨੇ ਵਾਲੇ ਨੂੰ ਨਾਲ ਲੈ ਕੇ, ਲਇਓ ਰਬਾਬ ਉਨ ਮੋਢਾ ਚਾਏ, ਮੋਢੇ ਤੇ ਰਬਾਬ ਚੁੱਕ ਲਈ ਤੇ ਬਾਬਾ ਸੱਚੇ ਪਾਤਸ਼ਾਹ ਮਰਦਾਨੇ ਨੂੰ ਲੈ ਕੇ ਤੁਰ ਪਏ। ਜਹਿ ਬਾਬਾ ਕਉ ਖੁਸ਼ੀ ਚਿੱਤ ਆਵੇ, ਜਿੱਥੇ ਜੀ ਕਰਦਾ ਸੀ ਗੁਰੂ ਜੀ ਦਾ, ਰਬਾਬ ਬਜਵਾਏ ਸ਼ਬਦ ਬਹਿ ਗਾਵੇ, ਉੱਥੇ ਹੀ ਰਬਾਬ ਵੱਜਣ ਲੱਗ ਜਾਂਦੀ ਸੀ, ਉੱਥੇ ਹੀ ਸ਼ਬਦ ਜੰਗਲ ਦੇ ਵਿੱਚ ਮੰਗਲ ਹੋ ਜਾਂਦਾ ਸੀ।
ਸੱਚੇ ਪਾਤਸ਼ਾਹ ਜਿੱਥੇ ਜਿੱਥੇ ਕੀਰਤਨ ਕੀਤਾ ਹੈ ਉਹ ਧਰਤੀ ਪਵਿੱਤਰ ਕਰ ਦਿੱਤੀ ਭਾਗਾਂ ਵਾਲੀ। 11 ਮਹੀਨੇ 11 ਦਿਨ 11 ਘੜੀਆਂ ਇੱਕੋ ਚੌਂਕੜੇ 'ਤੇ ਮਹਾਰਾਜ ਕੀਰਤਨ ਕੀਤਾ। ਜਿਸ ਜਗ੍ਹਾ 'ਤੇ ਪੀਰ ਬੁੱਢਣ ਸ਼ਾਹ ਆ ਕੇ ਚਰਨਾਂ 'ਤੇ ਢਹਿ ਪਿਆ, ਉਹਦੇ ਮਨ ਵਿੱਚ ਸੀਗਾ ਕਿ ਮੇਰੀ ਉਮਰ ਬੜੀ ਹੈ ਅਤੇ ਮੇਰੇ ਤੋਂ ਵੱਧ ਕੇ ਕੋਈ ਮਹਾਂਪੁਰਸ਼ ਨਹੀਂ। ਅਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਉਹਨੂੰ ਸਮਝ ਆਈ ਵੀ ਇਹ ਮੇਰੇ ਤੋਂ ਬਹੁਤ ਵੱਡੇ ਨੇ। ਉਸੇ ਜਗ੍ਹਾ 'ਤੇ ਗੁਰਦੁਆਰਾ ਨਗਰ ਸ਼੍ਰੀ ਕੀਰਤਨਪੁਰ ਸਾਹਿਬ ਵਸਿਆ, ਜਿਹਨੂੰ ਆਪਾਂ ਕੀਰਤਪੁਰ ਸਾਹਿਬ ਕਹਿੰਦੇ ਹਾਂ। ਪਹਿਲਾ ਨਾਮ ਹੈ ਕੀਰਤਨਪੁਰ। ਕੀਰਤਨਪੁਰ ਛੇਵੇਂ ਪਾਤਸ਼ਾਹ ਨੇ ਤਾਂ ਰੱਖਿਆ ਇਹਦਾ ਨਾਮ ਕਿ ਗੁਰੂ ਨਾਨਕ ਸਾਹਿਬ ਲਗਾਤਾਰ ਇੱਥੇ 11 ਮਹੀਨੇ ਕੀਰਤਨ ਕਰਕੇ ਗਏ ਅਤੇ ਪੀਰ ਬੁੱਢਣ ਸ਼ਾਹ ਜੀ ਨੂੰ ਨਿਹਾਲ ਕੀਤਾ। ਸੋ ਇਸ ਕਰਕੇ ਜਿੱਥੇ ਜੰਗਲਾਂ 'ਚ ਮੰਗਲ ਕਰ ਦਿੰਦੇ ਸੀ ਕੀਰਤਨ ਕਰਦੇ ਸੀ। ਸਿੱਧ ਸਾਧ ਆਉ ਪੀਰ ਮੁਰੀਦ, ਬਾਬੇ ਨਾਨਕ ਦੇ ਚਰਨਾਂ ਦੇ ਬੜੇ ਬੜੇ ਸਿੱਧ ਸਾਧ ਪੀਰ ਮੁਰੀਦ ਜੋਗੀ ਜਪੀ ਤਪੀ ਸੰਨਿਆਸੀ ਹਿੰਦੂ ਮੁਸਲਮਾਨ ਸਭ ਝੁਕਦੇ ਸਨ। ਦੇਖ ਭਾਲ ਹੋਏ ਅੱਗੇ ਤੁਰੀਦ, ਜਿੱਥੇ ਜਿੱਥੇ ਬਾਬਾ ਜੀ ਜਾਂਦੇ ਸੀ ਤਾਰ ਦਿੰਦੇ ਸੀ ਪਿੰਡਾਂ ਸ਼ਹਿਰਾਂ ਨਗਰਾਂ ਮੁਲਕਾਂ ਨੂੰ ਹੀ ਤਾਰ ਦਿੰਦੇ ਸੀ ਤੇ ਤਾਰ ਤਾਰ ਕੇ ਅੱਗੇ ਤੁਰੇ ਜਾਂਦੇ ਸੀ। ਜਹਿ ਜਹਿ ਬਾਬਾ ਦੇਸਹਿ ਜਾਏ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਜਿਹੜੇ ਦੇਸ਼ ਵਿੱਚ ਜਾ ਕੇ ਪੈਰ ਪਾਉਂਦੇ ਸੀ ਉੱਥੇ ਹੀ ਪੂਜਾ ਹੁੰਦੀ ਸੀ। ਦੇ ਉਪਦੇਸ਼ ਸੱਚ ਨਾਮ ਹੈ ਲਾਏ, ਉਪਦੇਸ਼ ਦਿੰਦੇ ਨਾਮ ਜਪਣ ਦਾ ਬੰਦਗੀ ਕਰਨ ਦਾ ਸਾਰਿਆਂ ਨੂੰ ਹੀ। ਪੀਰ ਪੈਗੰਬਰ ਦੇਵੀ ਦੇਵ, ਪੀਰ ਪੈਗੰਬਰ ਔਲੀਏ ਦੇਵੀ ਦੇਵਤੇ ਵੀ ਝੁਕਦੇ ਸਨ। ਦੂਰ ਕਰਾਈ ਇਨ ਕੀ ਸੇਵ, ਤੇ ਮਹਾਰਾਜ ਨੇ ਲੋਕਾਂ ਨੂੰ ਮੜੀਆਂ ਮਸਾਣਾ ਭੂਤਾਂ ਪ੍ਰੇਤਾਂ ਕਬਰਾਂ ਤੋਂ ਹਟਾ ਕੇ ਸੱਚੀ ਬੰਦਗੀ ਚ ਲਾਇਆ। ਵੀ ਆਹ ਕਿਹੜੇ ਚੱਕਰ 'ਚ ਪਏ ਹੋਏ ਹੋ, ਜਿਹੜਾ ਬਣਾਉਣ ਵਾਲਾ ਉਹਨੂੰ ਮੰਨਦੇ ਨਹੀਂ, ਉਹਦੇ ਬਣਾਏ ਹੋਏ ਨੂੰ ਮੰਨੀ ਜਾਂਦੇ ਹੋ, ਕੀਤੇ ਨੂੰ ਕਰਤਾ ਕਰ ਜਾਣਾ। ਅਗਿਆਨੀ ਜੀਵ ਕੀਤੇ ਨੂੰ ਹੀ ਕਰਤਾ ਮੰਨ ਲੈਂਦੇ ਆ, ਗਿਆਨੀ ਕਰਤੇ ਨੂੰ ਮੰਨਦੇ ਆ ਕੀਤੇ ਨੂੰ ਨਹੀਂ। ਇਹ ਤਾਂ ਭਾਈ ਬਣਾਏ ਹੋਏ ਨੇ ਦੇਵੀ ਦੇਵਤੇ ਪਰਮੇਸ਼ਰ ਦੇ, ਤੁਸੀਂ ਪਰਮੇਸ਼ਰ ਨੂੰ ਮੰਨੋ, ਇਹਨਾਂ ਦੇ ਮਗਰ ਲੱਗ ਕੇ ਆਪਣਾ ਸਮਾਂ ਨਾ ਖਰਾਬ ਕਰੋ। ਐਸੀ ਪਾਤਸ਼ਾਹ ਨੇ ਇੱਕ ਓਅੰਕਾਰ ਦੀ ਪੂਜਾ ਦ੍ਰਿੜ ਕਰਾਈ। ਬੀਰ ਸਿੱਧ ਔ ਮੰਤਰ ਤੰਤਰ, ਮੰਤਰ ਤੰਤਰ ਜੰਤਰ ਬੀਰ ਭੂਤ ਪ੍ਰੇਤ ਬੈਤਾਲ ਜਿੰਨ, ਇਹੋ ਜਿਹੀ ਲੋਕਾਂ ਦੇ ਵਿੱਚ ਬੜੀ ਪੂਜਾ ਸੀ। ਝਾੜਾਂ ਝੁੰਡਾਂ ਪਿੱਪਲਾਂ ਨੂੰ ਹੀ ਮੱਥੇ ਟੇਕੀ ਜਾਂਦੇ ਸੀ, ਉਹ ਸੱਪਾਂ ਨੂੰ ਹੀ ਦੇਵਤੇ ਮੰਨ ਮੰਨ ਕੇ ਪੂਜੀ ਜਾਂਦੇ ਸੀ। ਬਾਬੇ ਨਾਨਕ ਨੇ ਸਭ ਨੂੰ ਉਸ ਨਿਰੰਕਾਰ ਵਾਹਿਗੁਰੂ ਇੱਕ ਓਅੰਕਾਰ ਦੇ ਲੜ ਲਾ ਦਿੱਤਾ। ਸੁਣੈ ਨਾ ਕਹੈ ਜਾਲ ਜਿਉ ਜੰਤਰ, ਮਹਾਰਾਜ ਨੇ ਐਸਾ ਉਪਦੇਸ਼ ਦਿੱਤਾ ਲੋਕ ਉਸ ਜਾਲ ਵਿੱਚੋਂ ਨਿਕਲ ਗਏ। ਜੰਤਰਾਂ ਮੰਤਰਾਂ ਤੰਤਰਾਂ ਨੂੰ ਛੱਡ ਕੇ ਇੱਕ ਪਰਮੇਸ਼ਰ ਦੀ ਬੰਦਗੀ ਵਿੱਚ ਲੀਨ ਹੋ ਗਏ। ਜਿਹੜੇ ਟੂਣੇ ਟਾਮਣਾਂ 'ਚ ਪਏ ਹੋਏ ਸੀਗੇ ਉਹ ਜਾਦੂ ਟੂਣੇ ਛੱਡ ਕੇ ਅਕਾਲ ਪੁਰਖ ਨਾਲ ਜੁੜ ਗਏ। ਗੁੱਗੋ ਲੰਜ ਔ ਭੂਤ ਜੋ ਪ੍ਰੇਤ, ਗੁੱਗੇ ਦੀ ਪੂਜਾ ਤੇ ਲਾਲਾਂ ਵਾਲੇ ਦੀ ਪੂਜਾ, ਭੂਤਾਂ ਤੇ ਪ੍ਰੇਤਾਂ ਦੀ ਪੂਜਾ ਹੁੰਦੀ ਸੀ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ। ਦੂਰ ਕਰਾਏ ਇਨ ਕੇ ਹੇਤ, ਇਹਨਾਂ ਦਾ ਮੋਹ ਛਡਾਇਆ ਤੇ ਬੰਦਗੀ ਪਰਮੇਸ਼ਰ ਦੀ ਕਰਾਈ। ਦੋਹਰਾ ਤੁਰਕਣ ਕੈ ਹਿੰਦੂਆਨ ਕੈ, ਜਹ ਜਹ ਦੇਸਹਿ ਜਾਏ, ਮੁਸਲਮਾਨਾਂ ਦੇ ਦੇਸ਼ ਵਿੱਚ ਵੀ ਗਏ, ਹਿੰਦੂਆਂ ਦੇ ਦੇਸ਼ 'ਚ ਵੀ ਗਏ, ਬੋਧੀਆਂ ਦੇ ਕੋਲ ਵੀ ਗਏ, ਜੈਨੀਆਂ ਦੇ ਕੋਲ ਵੀ ਗਏ, ਨਾਸਤਿਕ ਲੋਕਾਂ ਦੇ ਮੁਲਕਾਂ 'ਚ ਵੀ ਗਏ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ।
ਸਾਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਾ ਦਿੱਤੇ। ਹੱਕ ਪਰਾਇਓ ਉਨ ਕਹੈ ਉਸੈ ਸੂਰ ਉਸ ਗਾਏ। ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਹਿੰਦੂ ਮੁਸਲਮਾਨ ਨੂੰ ਪਰਾਏ ਹੱਕ ਤੋਂ ਰੋਕਣ ਲਈ ਬਚਨ ਕਹੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹਿੰਦੂਆਂ ਨੂੰ ਆਖਿਆ, ਜੇ ਤੁਸੀਂ ਪਰਾਇਆ ਹੱਕ ਖਾਂਦੇ ਹੋ ਸਮਝੋ ਗਊ ਦਾ ਮਾਸ ਖਾਂਦੇ ਹੋ। ਮੁਸਲਮਾਨੋ, ਜੇ ਤੁਸੀਂ ਪਰਾਇਆ ਹੱਕ ਖਾਂਦੇ ਹੋ ਤੇ ਸੂਰ ਖਾਂਦੇ ਹੋ। ਇਹੋ ਜੀ ਮਹਾਰਾਜ ਸਿੱਖਿਆ ਦਿੱਤੀ। ਹਿੰਦੂ ਵੀ ਤੇ ਮੁਸਲਮਾਨ ਵੀ ਪਰਾਇਆ ਹੱਕ ਛੱਡ ਕੇ ਧਰਮ ਦੀ ਕਿਰਤ ਕਰਨ ਲੱਗੇ। ਚਾਉ ਭਾਈ ਐਸ ਭਾਂਤ ਉਨ ਸੱਚ ਸੁਣਾਈ। ਸੱਚੋ ਸੱਚ ਜਗਤ ਨੂੰ ਸੁਣਾ ਦਿੱਤਾ ਬਾਬੇ ਜੀ ਨੇ। ਦੇਵੈ ਦੋਇਨ ਸੱਚ ਲਗਾਈ। ਸੱਚੇ ਮਾਰਗ ਤੇ ਹਿੰਦੂ ਮੁਸਲਮਾਨ ਨੂੰ ਲਾਇਆ। ਤੁਰਕ ਕੁਰਾਨ ਔ ਹਿੰਦੂਆਂ ਵੇਦ। ਮੁਸਲਮਾਨਾਂ ਦੀ ਕੁਰਾਨ ਤੇ ਹਿੰਦੂਆਂ ਦੇ ਜਿਹੜੇ ਵੇਦ ਹਨ। ਵਾਚ ਕਹੇ ਉਨ ਸੱਚ ਸੱਚ ਭੇਦ। ਮਹਾਰਾਜ ਕਹਿਣ ਲੱਗੇ, ਪੜ੍ਹ ਕੇ ਤੇ ਦੇਖੋ ਤੁਹਾਡੀ ਕੁਰਾਨ ਕਹਿੰਦੀ ਕੀ ਹੈ, ਤੁਹਾਡੇ ਵੇਦ ਕਹਿੰਦੇ ਕੀ ਨੇ। ਜੇ ਇਹਨਾਂ ਦੇ ਵਿੱਚੋਂ ਸੱਚਾਈ ਨਹੀਂ ਲੱਭ ਸਕੇ ਤੇ ਤੁਸੀਂ ਇਹਨਾਂ ਨੂੰ ਕੋਈ ਨਹੀਂ ਮੰਨਦੇ। ਜੇ ਇਹਨਾਂ ਨੂੰ ਪੜ੍ਹ ਕੇ ਇਹਨਾਂ ਦੀ ਸੱਚਾਈ ਨੂੰ ਮੰਨੋਗੇ ਤਾਂ ਤੁਸੀਂ ਹਿੰਦੂ ਹੋ, ਤਾਂ ਹੀ ਤੁਸੀਂ ਮੁਸਲਮਾਨ ਹੋ। ਇਹ ਨੇਕੀ ਦਾ ਮਾਰਗ ਸੱਚੇ ਪਾਤਸ਼ਾਹ ਨੇ ਦੱਸਿਆ। ਇੱਕ ਵਾਰ ਬਾਬਾ ਜੀ ਅਚਲੈ ਗਏ। ਇੱਕ ਵਾਰ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਬਟਾਲੇ ਤੋਂ 8 ਕਿਲੋਮੀਟਰ ਤੇ ਅਚਲ ਸਾਹਿਬ ਹੈ, ਜਿੱਥੇ ਭਗਵਾਨ ਸ਼ਿਵ ਜੀ ਦਾ ਪ੍ਰਾਚੀਨ ਮੰਦਿਰ ਹੈ, ਉੱਥੇ ਸਤਿਗੁਰੂ ਜੀ ਪਹੁੰਚੇ। ਉਹਾਂ ਮੇਲਾ ਥਾ ਸਿੱਧਨ ਕਯੋ। ਉੱਥੇ ਸਿੱਧਾਂ ਦੇ ਮੇਲਾ ਲਾਇਆ ਸੀ, ਸ਼ਿਵਰਾਤਰੀ ਦਾ ਮੇਲਾ ਸੀ। ਕਰ ਗੋਸ਼ਟ ਤੇ ਭੀ ਜਿੱਤ ਲਏ। ਸਿੱਧ ਉੱਥੇ ਆਏ ਤੇ ਸਿੱਧਾਂ ਨਾਲ ਉੱਥੇ ਗੋਸ਼ਟ ਹੋਈ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧੀ ਵਿੱਚ ਆਈ। ਸਰਾਗ ਰਾਮਕਲੀ ਦੇ ਅੰਦਰ ਬਾਣੀ ਰਾਮਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ, ਤਿਸ ਆਗੈ ਰਹਿਰਾਸ ਹਮਾਰੀ, ਸਾਚਾ ਅਪਰ ਅਪਾਰੋ। ਇਹ ਬਾਣੀ ਅਚਲ ਬਟਾਲੇ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ। ਲਾਏ ਸਿੱਧੀ ਤੇ ਉਹ ਥੱਕ ਗਏ। ਪਹਿਲਾਂ ਉਹਨਾਂ ਨੇ ਰਿੱਧੀਆਂ ਸਿੱਧੀਆਂ ਦਾ ਜ਼ੋਰ ਲਾਇਆ, ਫਿਰ ਗੁਰੂ ਨਾਨਕ ਸਾਹਿਬ ਨਾਲ ਚਰਚਾ ਕੀਤੀ, ਹਰ ਗੱਲ ਚ ਹਾਰ ਗਏ ਹੋ। ਹਾਂਜੀ, ਸਿੱਧ ਕੁਰਲਾਣਾ ਬਾਲ ਗੁਦਾਈ। ਫਿਰ ਸਿੱਧ ਕੁਰਲਾਣੇ ਤੇ ਬਾਲ ਗੁਦਾਈ ਦੇ ਟਿੱਲੇ ਤੇ, ਜਿੱਥੇ ਪੂਰਨ ਭਗਤ ਜਾ ਕੇ ਜੋਗੀ ਬਣਿਆ ਨਾ, ਬਾਲ ਗੁਦਾਈ ਦਾ ਟਿੱਲਾ ਹੈ, ਉੱਥੇ ਪੂਰਨ ਭਗਤ ਨੇ ਯੋਗ ਧਾਰਨ ਕੀਤਾ ਸੀ, ਗੁਰੂ ਗੋਰਖ ਨਾਥ ਜੀ ਦਾ ਚੇਲਾ ਬਣਿਆ ਸੀ। ਉੱਥੇ ਬਾਲ ਗੁੰਦਾਈ ਦੇ ਟਿੱਲੇ ਤੇ ਵੀ ਬਾਬਾ ਜੀ ਨੇ ਸਿੱਧਾਂ ਨਾਲ ਚਰਚਾ ਕੀਤੀ ਹੈ। ਹਾਰ ਸਿੱਧਨ ਜਾਏ ਚੁਗਲੀ ਖਾਈ। ਉੱਥੇ ਜਾ ਕੇ ਚੁਗਲੀ ਕੀਤੀ ਸਿੱਧਾਂ ਨੇ। ਨਾਨਕ ਸਿੱਧ ਨਵਾਂ ਇੱਕ ਭਇਆ। ਜਾ ਕੇ ਕਹਿਣ ਲੱਗੇ ਕਿ ਨਵਾਂ ਸਿੱਧ ਨਾਨਕ ਪੈਦਾ ਹੋ ਗਿਆ। ਸਭ ਕੇ ਲਾਹੇ ਸੋ ਲੈ ਗਿਆ। ਉਹਦੇ ਸਾਡੀ ਸਾਰਿਆਂ ਦੀ ਪੱਗ ਲਾ ਕੇ ਲੈ ਗਿਆ, ਸਾਨੂੰ ਜਿੱਤ ਕੇ ਚਲਾ ਗਿਆ। ਸੁਣ ਉਨ ਸਿੱਧਨ ਕੀ ਉਹ ਹੰਕਾਰ। ਜਿਹੜੇ ਉਹਨਾਂ ਦੇ ਵੱਡੇ ਸਿੱਧ ਸੀ ਉਹ ਹੰਕਾਰ ਵਿੱਚ ਆ ਕੇ ਸੁਣ ਕੇ, ਇਹਾਂ ਆਵੇ ਤਾਂ ਜਾਊਗਾ ਹਾਰ। ਬਾਲ ਗੁੰਦਾਈ ਦੇ ਟਿੱਲੇ ਵਾਲੇ ਕਹਿਣ ਲੱਗੇ, ਜਿਸ ਨਾਨਕ ਸਾਡੇ ਕੋਲ ਆਇਆ ਤੇ ਅਸੀਂ ਸੁੱਕਾ ਨਹੀਂ ਜਾਣ ਦਿਆਂਗੇ, ਹਰਾ ਲਵਾਂਗੇ। ਇਹ ਸੁਣ ਬਾਬਾ ਜੀ ਉਹਾਂ ਸਿਧਾਰੇ। ਮਹਾਰਾਜ ਉਹਨਾਂ ਦਾ ਹੰਕਾਰ ਤੋੜਨ ਲਈ ਬਾਲ ਗੁੰਦਾਈ ਦੇ ਟਿੱਲੇ ਤੇ ਵੀ ਜਾ ਪਹੁੰਚੇ। ਉਸ ਕੋ ਜੀਤ ਗੁਰ ਆਗੇ ਪਧਾਰੇ। ਬਾਲ ਗੁੰਦਾਈ ਦੇ ਟਿੱਲੇ ਤੇ ਵੀ ਮਹਾਰਾਜ ਦੀ ਸਿੱਧਾਂ ਨਾਲ ਚਰਚਾ ਹੋਈ, ਸਾਰਿਆਂ ਨੂੰ ਜਿੱਤ ਕੇ ਫਿਰ ਅੱਗੇ ਚੱਲ ਪਾਇਆ। ਦੋਹਰਾ ਫਰੀਦ ਪਟਨ ਮੁਲਤਾਨ ਮੱਧ ਉੱਚਨ ਲਓ ਜੋ ਪੀਰ। ਮੁਸਲਮਾਨਾਂ ਦੇ ਪੀਰਾਂ ਦੇ ਟਿਕਾਣੇ ਸਨ ਪਾਕ ਪਟਨ,
ਸ਼ੇਖ ਫਰੀਦ ਜੀ ਮਹਾਰਾਜ ਦਾ ਜਨਮ ਸਥਾਨ ਹੈ, ਉੱਥੇ ਉਹਨਾਂ ਦੀ ਗੱਦੀ ਤੇ ਸ਼ੇਖ ਬ੍ਰਹਮ ਸ਼ੇਖ ਇਬਰਾਹਿਮ ਨਾਮ ਦੇ ਮਹਾਂਪੁਰਸ਼ ਰਹਿੰਦੇ ਸਨ। ਉਹਨਾਂ ਨਾਲ ਬਾਬਾ ਜੀ ਨੇ ਚਰਚਾ ਕੀਤੀ ਤੇ ਸ਼ੇਖ ਫਰੀਦ ਜੀ ਦੀ ਬਾਣੀ ਉੱਥੋਂ ਪ੍ਰਾਪਤ ਹੋਈ ਮੰਨੀ ਜਾਂਦੀ ਹੈ। ਤੇ ਅਗਲੇ ਕਹਿੰਦੇ ਆ ਵੀ ਮੁਲਤਾਨ ਪੀਰਾਂ ਦਾ ਘਰ ਹੈ, ਉੱਥੇ ਮਹਾਰਾਜ ਪੀਰ ਬਹਾਵਲ ਹੱਕ ਦੇ ਨਾਲ ਬੜੀ ਲੰਮੀ ਚਰਚਾ ਸ਼ਮਸ਼ ਤਬਰੇਜ ਦੇ ਜਿਹੜਾ ਸਥਾਨ ਹੈ ਉਹਨਾਂ ਦੀ ਕਬਰ ਹੈ ਉੱਥੇ ਬਹਿ ਕੇ ਕੀਤੀ। ਕਹਿੰਦੇ ਆ 1930 ਤੱਕ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਰਿਹਾ ਕਬਰ ਦੇ ਨੇੜੇ, ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬੈਠਣ ਦਾ ਥਾਂ ਸੀਗਾ ਉੱਥੇ ਸ਼ਮਸ਼ ਤਬਰੇਜ ਦੇ ਮਜ਼ਾਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਸ਼ੇਰੇ ਪੰਜਾਬ ਜੀ ਨੇ ਖਰਚਾ ਕਰਕੇ ਥੋੜ੍ਹੀ ਜਿਹੀ ਥਾਂ ਲਈ ਸੀ, ਪਾਲਕੀ ਬੜੀ ਸੁੰਦਰ ਬਣਾਈ ਸੀ, ਪਰ ਸਾਡੇ 'ਚ ਕੱਟੜ ਭਰਾ ਬੜੇ, ਉਹ ਕਹਿੰਦੇ ਮਜ਼ਾਰਾਂ 'ਤੇ ਗੁਰੂ ਗ੍ਰੰਥ ਸਾਹਿਬ ਨਹੀਂ ਰਹਿਣ ਦੇਣਾ। ਉਹ ਗੁਰੂ ਨਾਨਕ ਸਾਹਿਬ ਦੀ ਥਾਂ ਤੋਂ ਹੀ ਚੁੱਕ ਲਿਆ ਏ ਗੁਰੂ ਗ੍ਰੰਥ ਸਾਹਿਬ। ਇਹ ਪੁਰਾਣੀਆਂ ਗੱਲਾਂ ਬਹੁਤ ਹਨ। ਇਸ ਤਰ੍ਹਾਂ ਖਾਲਸਾ ਜੀ ਮੁਲਤਾਨ ਵਿੱਚ ਬਾਬੇ ਨੇ ਪੀਰਾਂ ਨਾਲ ਚਰਚਾ ਕੀਤੀ, ਸਾਰੇ ਪੀਰਾਂ ਨੇ ਨਮਸਕਾਰ ਕੀਤੀ। ਫਿਰ ਉਸ ਤੋਂ ਅੱਗੇ ਕਹਿੰਦੇ ਆ ਉੱਚ ਦੇ ਪੀਰ ਜਿਹੜੇ ਹਨ ਉੱਚ ਜਾ ਕੇ ਉਹਨਾਂ ਪੀਰਾਂ ਨਾਲ ਚਰਚਾ ਕੀਤੀ ਤੇ ਉਹਨਾਂ ਨੂੰ ਵੀ ਗਿਆਨ ਦਿੱਤਾ। ਸਭ ਹਨ ਸੋ ਕਰ ਗੋਸ਼ਟਾਂ ਨਹ ਕਿਸ ਕੀ ਛੱਡੀ ਤਤਬੀਰ। ਸਾਰਿਆਂ ਨਾਲ ਗਿਆਨ ਗੋਸ਼ਟਾਂ ਹੋਈਆਂ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਰਿਆਂ ਨੂੰ ਭਰਮ ਤੋੜ ਕੇ ਸੱਚ ਦਾ ਮਾਰਗ ਦ੍ਰਿੜ ਕਰਾਇਆ। ਚਾਉ ਪਈ ਐਸੇ ਔਰ ਕਹਾਂ ਲੱਗ ਗਣੀਆਂ। ਕਿੱਥੋਂ ਤੱਕ ਗਿਣੀਏ ਹਿੰਦੂ ਮੁਸਲਮਾਨਾਂ ਦੇ ਉੱਚੇ ਉੱਚੇ ਟਿਕਾਣਿਆਂ ਤੇ ਮੱਕੇ ਮਦੀਨੇ ਤੱਕ ਜਾ ਕੇ ਗਿਆਨ ਚਰਚਾ ਕੀਤੀ। ਪਹੁੰਚੈ ਤਹਾਂ ਸਿੱਧ ਜਹ ਸੁਣੀਆਂ। ਔਰ ਜਿੱਥੇ ਜਿੱਥੇ ਬਾਬਾ ਜੀ ਗਏ ਨੇ ਉੱਥੇ ਉੱਥੇ ਜਾ ਕੇ ਮਹਾਰਾਜ ਜੀ ਨੇ ਸਿੱਧ ਪੁਰਸ਼ਾਂ ਨੂੰ ਉਪਦੇਸ਼ ਦੇ ਕੇ ਹੋਰ ਸਮਾਰਗ ਤੇ ਪਾਇਆ। ਉਨਕੇ ਸਿੱਧੇ ਦੇਖ ਦਿਖਾਏ, ਉਹਨਾਂ ਦੀਆਂ ਕਰਾਮਾਤਾਂ ਰਿਧੀਆਂ ਸਿੱਧੀਆਂ ਨੂੰ ਦੇਖ ਕੇ। ਝੂਠ ਛੁਡਾਵੈ ਸੱਚ ਦੇ ਲਾਏ, ਝੂਠ ਸਜਾ ਛੁਡਾ ਦਿੱਤਾ ਤੇ ਸੱਚ ਦੇ ਮਾਰਗ ਲਾ ਦਿੱਤਾ। ਦੋਹਰਾ ਇਮ ਕਰ ਸੈਲ ਪੰਜਾਬ ਕੀ ਲੀਨੇ ਲੋਕ ਪਤਿਆ। ਪੰਜਾਬ ਸਾਰਾ ਫਿਰ ਕੇ ਚਰਨਾਂ ਨਾਲ ਪਵਿੱਤਰ ਕੀਤਾ, ਲੋਕਾਂ ਨੂੰ ਸੱਚ ਦਾ ਮਾਰਗ ਦੱਸਿਆ। ਕਿਤ ਸੁੰਦਰ ਧਰਮਸਾਲ ਕਰ ਨਿਜ ਨਿਜ ਧਰਮੋ ਲਾਏ। ਬੜੀਆਂ ਬੜੀਆਂ ਸੋਹਣੀਆਂ ਧਰਮਸ਼ਾਲਾ ਗੁਰਦੁਆਰੇ ਬਣਾ ਦਿੱਤੇ, ਪਿੰਡ ਪਿੰਡ ਵਿੱਚ ਸਤਸੰਗ ਹੋਣ ਲੱਗਾ। ਸਭੀ ਹਕੀਕਤ ਉਨੈ ਕੀ ਇਹਾਂ ਲਿਖੀ ਜਾਓ ਨਾਹੇ। ਕਵੀ ਜੀ ਕਹਿੰਦੇ ਆ ਇਹ ਕੈਪਟਨ ਮਰੀ ਜੀ ਮੈਂ ਸਾਰੀਆਂ ਗੱਲਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੀਆਂ ਇੱਥੇ ਨਹੀਂ ਦੱਸ ਸਕਦਾ, ਬਹੁਤ ਵੱਡਾ ਇਤਿਹਾਸ ਹੈ। ਜਨਮ ਸਾਖੀ ਪੁਰਾਤਨ ਦੇਖੋ ਜਿਸ ਹੋਏ ਜਾ। ਜਿਹਨੂੰ ਜਾ ਬਹੁਤਾ ਸ਼ੌਂਕ ਹੈ ਇਤਿਹਾਸ ਪੜ੍ਹਨ ਦਾ ਉਹ ਬਾਬੇ ਨਾਨਕ ਦੀ ਜਨਮ ਸਾਖੀ ਪੜ੍ਹ ਲਓ। ਸਾਧ ਸੰਗਤ ਜੀ ਇਹ ਕਥਾ ਹੁਣ ਇੱਥੇ ਸਮਾਪਤੀ ਹੈ, ਕੱਲ ਨੂੰ ਆਪਾਂ ਵਿਚਾਰਾਂ ਸਰਵਣ ਕਰਨੀਆਂ। ਪੰਥ ਪ੍ਰਕਾਸ਼ ਦੀ ਕਥਾ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਹੜੇ ਮਾਰਗ ਤੇ ਸੰਸਾਰ ਨੂੰ ਤੋਰਿਆ ਭਗਤੀ ਸਿਮਰਨ ਦੇ ਉਹਦੀ ਵਿਚਾਰਾਂ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਗੋਪਾਲ, ਹੇ ਦਿਆਲ।